ਸਿੱਖ ਜਿਹੜੇ ਸਨ ਬੜੇ ਖਿਲਾਫ ਦੇ ਖਾਉਣ ਵਾਲੇ ਸਨ। ਅੱਛਾ ਜੀ। ਉਹ ਵੇਹਦੇ ਸਨ ਚਲੇ ਗਏ ਪਛਾਣਦੇ ਸਨ। ਇਹਦੀ ਸੀ ਗੱਲ, ਉਹਨਾਂ 'ਚ ਤਰਸ ਹੀ ਸੀ। ਬੇਤਰਸ ਨਹੀਂ ਸਨ ਲੋਕ, ਵਿੱਚ ਹੀ ਸਨ ਦੋ ਤਰ੍ਹਾਂ ਬੰਦੇ, ਪਰ ਨਹੀਂ ਉਹਨਾਂ ਚੰਗੇ ਮਾੜੇ ਫਸਾ ਰਹੇ ਜੀ ਸਾਰੇ। ਅੱਛਾ ਬਾਬਾ ਜੀ, ਪਿੰਡ ਦੇ ਜਿਹੜੇ ਮੁਸਲਮਾਨ ਸਿੱਖ ਹਿੰਦੂ ਸਨ ਇੱਥੇ ਰਹਿੰਦੇ, ਆਪਸ 'ਚ ਕੋਲ ਮਿਲਣ ਵਰਤਣ ਸ਼ਾਦੀ ਵਿਆਹਾਂ ਦੇ ਕੋਈ ਸੁੱਖਾ ਸਭ ਕੁਝ ਵਿੱਚ ਸੀ ਸਭ ਕੁਝ ਖਾਲਸੇ ਤਾਂ ਮੇਰੇ ਕੋਲ ਨਹੀਂ ਚੀਜ਼ ਨਾ ਮੇਰੇ ਪਾਲੇ ਲਾ ਤਾਂ ਦੇ ਦੇ ਕੋਈ ਚੀਜ਼, ਜਿਹੜੀ ਚੀਜ਼ ਆਖਣਾ ਜਿੰਨੀ ਤੈਨੂੰ ਲੋੜ ਹੈ ਮੇਰੇ ਤੋਂ ਲੈ ਜਾ, ਦੂਜੇ ਕੋਲੋਂ ਨਾ ਮੰਗਣ ਜਾਈ। ਹਾਂਜੀ, ਚੌਲ ਲੈ ਜਾ, ਗੁੜ ਲੈ ਜਾ, ਸ਼ੱਕਰ ਲੈ ਜਾ, ਉਦੋਂ ਇਹ ਹੀ ਬਾਤ ਤਾਂ ਬਾਬਾ ਚਿਰਾਗ ਸਿੰਘ ਬੈਟਰੀ। ਅੱਛਾ, ਜਿਵੇਂ ਹੁਣ ਅਸੀਂ। ਅੱਛਾ ਅੱਛਾ। ਅੱਛਾ ਬਾਬਾ ਜੀ, ਟਾਈਮ ਉਹ ਸਹੀ ਹੁੰਦਾ ਹੁਣ ਦਾ? ਨਹੀਂ ਜੀ, ਉਹ ਸਹੀ ਸੀ। ਕਿਵੇਂ ਕਰਕੇ ਫਰਕ ਦੱਸੋ ਨਾ, ਉਹਦੇ ਵਿੱਚ ਇਹਦੇ ਵਿੱਚ ਕੀ ਫਰਕ? ਉਹਦੇ ਬਹੁਤ ਸੌਖਾ ਹੀ ਫਰਕ ਹੈ, ਥੋੜਾ ਕੁਝ ਗੱਲ ਕਰੋ ਥੋੜੇ। ਮੈਂ ਕਿਹਾ ਉਦੋਂ ਇੱਕ ਨੂੰ ਆਵਾਜ਼ ਮਾਰਦੀ ਤੇ ਉਹਨੂੰ ਪਤਾ ਹੁੰਦਾ ਸੀ ਵੀ ਮਾੜਾ ਚ ਭੁੱਖਾ ਹੈ। ਉਹਨੂੰ ਆਖਿਆ ਕੀ ਗੱਲ ਯਾਰ, ਗੱਲ ਤੇ ਕੋਈ ਉਹ ਦੱਸ ਕੀ ਲੈਣਾ ਜੀ। ਹੁਣ ਜਾ ਕੇ ਬੂਹੇ ਗਏ, ਫਿਰ ਨਿਕਲੋ ਕਿਤੇ ਬੂਹਾ ਹੀ ਨੀ ਲੱਗ। ਬੀਬੀਆਂ ਦਾ ਰਾਜ ਆ ਗਿਆ, ਅੱਗੇ ਬੰਦਿਆਂ ਦਾ ਰਾਜ ਸੀ, ਹੁਣ ਬੱਚਿਆਂ ਆ ਰਿਹਾ ਬੀਬੀਆਂ ਦਾ। ਬੰਦਿਆਂ ਦੀ ਤਾਂ ਵੈਲਿਆ ਕੋਈ ਕੋਈ ਇੰਨਾ ਕੋਈ ਫਰਕ ਹੈ, ਕਰੇ ਬੰਦਾ ਗੱਲ ਜਨਾਨੀ ਵਿੱਚ ਆਓ ਕਰੇ, ਆਖਣਾ ਨਿਕਲ ਜਾ ਤੇਰੀ ਮਾਂ ਦੀ, ਤੂੰ ਕੌਣ ਹੁਣ? ਥੋੜ੍ਹਾ ਜਿਹਾ ਫਰਕ ਨਹੀਂ ਪਿਆ, ਜਿਵੇਂ ਤੇ ਸਮਾਨ ਦਾ ਫਰਕ ਪੈ ਗਿਆ। ਮਾੜਾ ਬੰਦਾ ਵੀ ਗੱਲ ਕਰਦਾ ਸੀ, ਉਹਦੀ ਬੰਦੇ ਕਦਰ ਕਰਦੇ ਸਨ, ਗੱਲ ਸੁਣਦੇ ਹਾਂ ਤੇ ਮਾੜਾ ਬੰਦਾ ਵੀ ਗੱਲ ਕਰਦਾ ਸੀ, ਉਹਦੇ ਬੰਦੇ ਕਦਰ ਕਰਦੇ ਸਨ। ਵੇ ਮਾੜਾ ਤੇਰੇ ਦੁੱਗੀ ਲੱਗੇ ਹੋਏ ਅਰਗੋ, ਉਦੋਂ ਸ਼ਰਮ ਹਿਆ ਕਿਵੇਂ ਦੇ ਸੀ? ਲੱਗੇ ਲੱਗੇ ਆਉਂਦੇ ਨੇ ਵੇਲਣਾ ਮੂਤਰ ਵਗ ਜਾਣਾ, ਪੇ ਆਖੇਗਾ ਕਿ ਕਿੱਧਰੋਂ ਆਇਆ। ਹਾਲਾਂਕਿ ਕੰਮ ਤੇ ਜਾਣਾ, ਮਾਲ ਮਗਰ ਜਾਂ ਪੱਟੇ ਵੱਟਣ ਜਾਂ ਹਾਲਾਂਕਿ ਇੰਨਾ ਕੁਛ। ਹੁਣ ਪਿਓ ਇੱਥੇ ਦੂਸਰਾ ਇੱਥੇ ਮੋਜ ਲਈ, ਉਹ ਟਾਈਮ ਜਿਹੜਾ ਸੀ ਨਾ ਉਹ ਬੜਾ ਠੀਕ ਸੀ। ਧੀਆਂ ਭੈਣਾਂ ਦਾ ਕਿਵੇਂ ਦਾ ਸੀ? ਬੱਲੇ ਬੱਲੇ ਆਧਾ ਇੱਕ ਹੀ ਆ, ਸਰਦਾਰ ਦਾ ਵੀ ਉਹ ਫੁੱਲ ਧੀ ਦਾ ਕਿਲੇ ਜਿਹਦੀ ਧੀ ਸਾਰੇ ਪਿੰਡ ਦੀ, ਸਾਰੇ ਪਿੰਡ ਦੀ ਧੀ, ਸਾਰੇ ਪਿੰਡ ਲੱਗ ਇਹ ਨਹੀਂ ਸੀ ਆਇਆ ਪੈਗੜੀ ਨਾ ਨਾ। ਉਹ ਟਾਈਮ ਚੇਤੇ ਆਉਂਦੇ ਬਜ਼ੁਰਗ, ਕੀ ਕਰੀਏ ਚੇਤੇ ਕਰ, ਚਲੋ ਪੱਲੇ ਕੁਝ ਨਹੀਂ ਪਿਆ। ਨਹੀਂ ਵਕਤ ਉਹ ਯਾਦ ਆ ਜਾਂਦਾ, ਜਿਵੇਂ ਹੁਣ ਤੁਹਾਨੂੰ ਠੋਕਰਾਂ ਵੱਜਦੀਆਂ ਬਜ਼ੁਰਗਾਂ, ਚੇਤਾ ਤੇ ਆਉਂਦੇ ਨਾ ਪਹਿਲਾਂ ਵਕਤ ਕਿ ਉਹ ਮੈਂ ਨਾ ਜੀ ਉਹ ਹੁਣ ਹਰ ਹਰ ਮੇਰੇ ਯਾਦ। ਅੱਛਾ ਬਾਬਾ ਜੀ, ਅਕਸਰ ਵੀਡੀਓ ਵਿੱਚ ਨਾ ਅਕਸਰ ਇਹ ਵੀਡੀਓ ਬਣਾਉਂਦੇ ਰਹਿੰਦੇ ਹਾਂ। ਹਾਂਜੀ, ਅਸੀਂ ਹਰ ਜ਼ਿਲ੍ਹੇ ਵਿੱਚ ਜਾਂਦੇ ਹਾਂ, ਬੜੀ ਦੂਰ ਤੱਕ ਕਵਰੇਜ ਕਰਦੇ ਹਾਂ, ਅਸੀਂ ਬਾਬਿਆਂ ਨੂੰ ਤੁਹਾਡੇ ਵੱਲ ਸੁੱਕਾਂ, ਆਪਣੇ ਜ਼ਿਲ੍ਹੇ 'ਚ ਨਹੀਂ। ਹਾਂਜੀ, ਬੜੀ ਦੂਰ ਤੱਕ ਜਾਂਦੇ ਹਾਂ। ਮੈਂ ਬਾਬਿਆਂ ਨੂੰ ਅਕਸਰ ਇਹ ਪੁੱਛਣਾ ਹੁੰਦਾ ਕਿ ਜਦੋਂ ਸਵਾਲ ਕਰਦੇ ਹੁੰਦੇ ਨਾ, ਤੇ ਬਾਬੇ ਕਹਿੰਦੇ ਨੇ ਕਿ ਸਿੱਖ ਜਿਹੜੇ ਨੇ ਹੁਣ ਦੇ ਮੁਸਲਮਾਨਾਂ ਨੂੰ ਚੰਗੇ ਸਨ, ਅਕਸਰ 99% ਸਾਨੂੰ ਕਹਿੰਦੇ, ਤੇ ਮੈਂ ਵੀ ਕਨਫਿਊਜ਼ ਹੋ ਜਾਂਦਾ ਕਿ ਯਾਰ ਕਿਵੇਂ ਚੰਗੇ ਸਨ, ਇੱਕ ਮੁਸਲਮਾਨ ਉਹ ਕਿਵੇਂ ਚੰਗੇ ਸਨ? ਮੈਂ ਕਿਹਾ ਜੀ ਚੰਗੇ ਉਹ ਬਹੁਤ ਸਨ, ਸਿਰੇ ਕੋਈ ਨਕਲ ਵਾਲੇ ਗਰੀਬ ਦਾ ਸਾਥ ਕਰਦੇ ਸਨ, ਗਰੀਬ ਦੀ ਧੀ ਭੈਣ ਨੂੰ ਵੇਖ ਕੇ ਗੱਲ ਕਰਦੇ ਸਨ, ਇਹਨੂੰ ਠਾ ਹੈ ਮੇਰੇ ਕੋਲ ਲੈ ਪੈਸੇ ਲੈ ਲੈ, ਤੈਨੂੰ ਬਾਲਣਾ ਚਾਹੀਦਾ, ਕੋਈ ਸ਼ਾਇਦ ਜ਼ਰੂਰਤ। ਮੈਂ ਕਿਹਾ ਜੀ ਬਾਲਣ ਬੁਲਣ ਦੇ ਲੈ।
ਉਹ ਜਿੱਥੇ ਮਰਜ਼ੀ ਵੱਧ ਪੱਟ ਲੈ, ਪੁੱਛਣਾ ਹੀ ਨਹੀਂ ਅੱਗੇ ਪੁੱਛਣਾ, ਆਖਣਾ ਬੱਚੇ ਜਾ ਪਿਆ ਆਖਣਾ ਤੇ ਕਾਹਦੇ ਚਲ ਜਾਏਗਾ, ਹੁਣ ਕੁਛ ਅਲਾਵਾ ਗੱਲਾਂ ਦਿਖਾ ਦੇ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਵੀਰ ਮੁਹੰਮਦ ਰਮੀ, ਤੁਸੀਂ ਵੇਖਦੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੇ ਵੰਡ ਵੇਲੇ ਦੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰਾਂ। ਸਾਡੇ ਨਾਲ ਮੌਜੂਦ ਨੇ ਬਜ਼ੁਰਗ, ਇਸ ਪਿੰਡ ਦੇ ਵਸਨੀਕ ਨੇ, ਅਸੀਂ ਪਿੰਡ ਪਹੁੰਚੇ ਹਾਂ ਜੀ ਖਾਰਿਆਂ ਵਾਲਾ। ਇਹ ਬਜ਼ੁਰਗਾਂ ਕੋਲੋਂ ਪੁੱਛਣ 1947 ਦੀ ਕਹਾਣੀ, ਕਿੱਥੇ ਕਿਹੜੇ ਸਿੱਖ ਸਰਦਾਰ ਹਿੰਦੂ ਖਤਰੇ ਰਹਿੰਦੇ ਹਨ, ਅਤੇ ਜਦੋਂ 1947 ਦਾ ਜਿਹੜਾ ਵਾਪਰਿਆ ਸਾਰਾ ਵੱਟ ਉੱਖ ਹੋਈ, ਕਿਵੇਂ ਗਏ ਉਧਰੋਂ ਪਿੰਡ ਵਿੱਚ, ਵੱਟ ਉੱਖ ਹੋਈ ਜਾਂ ਨਹੀਂ ਹੋਈ, ਆਪਸ 'ਚ ਸਾਰਿਆਂ ਮਜ਼ਹਬਾਂ ਦੇ ਜਿੰਨੇ ਮਜ਼ਹਬ ਇੱਥੇ ਨਾਲ ਪਿਆਰ ਮੁਹੱਬਤ ਕਿਵੇਂ ਦੇਖੀ, ਉਹ ਸਾਰੀਆਂ 47 ਦੀਆਂ ਗੱਲਾਂ ਕਰਨੇ ਆ। ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਜੀ, ਸਾਡਾ ਵਟਸਐਪ ਨੰਬਰ ਆ ਰਿਹਾ, ਇੱਥੇ ਵੀ ਸਾਡੇ ਨਾਲ ਰਾਬਤ ਕਰ ਸਕਦੇ ਹੋ। ਆਓ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੀ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਕੀ ਨਾਂ ਆਪਣਾ? ਮੇਰੇ ਨਾਂ ਜੀ ਮਿਰਜ਼ਾ ਹੈ। ਮਿਰਜ਼ਾ? ਮਿਰਜ਼ਾ। ਆਪਣੇ ਵਾਲ ਸਾਹਿਬ ਦਾ ਕੀ ਨਾਮ? ਮਹਿਮੂਦ। ਮਹਿਮੂਦ। ਬਜ਼ੁਰਗ, ਆਪਣੀ ਜਾਤ ਕਿਹੜੀ? ਮਲਕ ਤੇਲੀ। ਮਲਕ ਜੀ ਤੁਸੀਂ? ਹਾਂ, ਤੇਲੀ ਜਿਹਨੂੰ ਕਹਿੰਦੇ ਮਲਕ। ਹਾਂਜੀ। ਅੱਛਾ ਬਜ਼ੁਰਗ, ਵਸਨੀਕ ਹੋ ਇਸ ਪਿੰਡ ਦੇ ਤੁਸੀਂ? ਜੀ ਹਾਂ। ਤੇ ਪਿੰਡ ਕਿਹੜਾ ਜਿੱਥੇ ਅਸੀਂ ਹੁਣ ਬੈਠੇ ਹਾਂ? ਖਾਰਿਆ। ਖਾਰੇ ਵਾਲਾ। ਇਹਦਾ ਜ਼ਿਲ੍ਹਾ ਤਹਿਸੀਲ? ਪਹਿਲੋ ਇਹਦਾ ਜ਼ਿਲ੍ਹਾ ਸ਼ੇਖਪੁਰਾ ਵਾਲਾ। ਅੱਛਾ। ਸਾਡੀ ਉਹ ਤੋਂ ਪਹਿਲੋ ਕੋ ਥੋੜ੍ਹਾ ਜਿਹਾ ਅਜੇ ਵੀ ਤਰੀਕਾ, ਕਈ ਬੰਦੇ ਭੋਗਤੇ ਸਨ ਜਾ ਕੇ ਗੁਜਰਾ ਵਾਲੇ। ਅੱਛਾ। ਫਿਰ ਇਹ ਜ਼ਿਲ੍ਹਾ ਬਾਅਦ ਵਿੱਚ ਬਣਿਆ, ਇੱਥੇ ਪਹਿਲੋ ਤਹਿਸੀਲ ਹੀ ਸੀ ਸ਼ੇਖਪੁਰਾ। 47 ਤੋਂ ਪਹਿਲੇ ਜ਼ਿਲ੍ਹਾ ਬਣ ਨਹੀਂ ਸੀ ਗਿਆ? ਬਣਿਆ ਸੀ। ਬਣ ਗਿਆ ਸੀ, ਬਣਿਆ ਸੀ। ਸਹੀ ਬਜ਼ੁਰਗੋ, ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਪਾ? ਗੁਆਂਢੀ ਪਿੰਡ? ਗੁਆਂਢੀ ਪਿੰਡ ਜੀ ਇੱਧਰ ਬਾੜੀਆਂ ਵਾਲਾ, ਆਪਣਾ ਬਹੁਮਾਨ ਹੈ। ਅੱਛਾ। ਇੱਧਰ ਆ ਦੋ ਚਾਹ ਬਾੜੀਆਂ ਵਾਲਾ, ਇੱਧਰ ਕੁੜੀ ਆਇਆ ਜਿੱਤਾ ਹੀਰਾ ਦੇ ਪਿੰਡ ਇਸਾ ਕਰਕੇ ਆ ਜਾਓ। ਤੇ ਇੱਧਰ ਸਾਡਾ ਅੱਗੇ ਕੀ ਪਿੱਖੀ ਹੈ? ਪਿੱਖੀ। ਅੱਛਾ ਅੱਛਾ। ਪਿੱਖੀ ਖਾਰੇ ਵਾਲਾ ਇੱਥੇ ਮਸ਼ਹੂਰ ਹੈ ਨਾ। ਹਾਂਜੀ ਹਾਂਜੀ। ਅੱਛਾ ਬਜ਼ੁਰਗ, ਇਹ ਪਿੰਡ ਪਹਿਲੇ 47 ਤੋਂ ਕਿੱਡਾ ਸੀ? ਹੁਣ ਤਾਂ ਬਹੁਤ ਜ਼ਿਆਦਾ ਰੋਡ ਦੀ ਗਿਣਤੀ ਦੇ ਜੀ ਸਨ, ਥੋੜੇ ਘਰ ਸਨ, ਗਿਣਤੀ ਦੇ ਜੀ। ਇਹ ਜਿਹੜੇ ਸਰਦਾਰ ਸਨ ਨਾ, ਇਹ ਆਏ ਸਨ ਇੱਥੇ ਮਾਲ ਚਾਰ, ਇਹ ਜੰਗਲ ਸੀ। ਅੱਛਾ। ਇਹ ਅੰਮ੍ਰਿਤਸਰ ਦੇ ਸਨ। ਅੱਛਾ। ਇਹ ਖਾਰੇ ਸਨ, ਜਾਤ ਦੇ ਖਾਰੇ ਸਨ, ਇੱਥੇ ਡੰਗਰ ਚਾਉਣ ਆਏ ਸਨ, ਫਿਰ ਇੱਥੇ ਬਹਿ ਗਏ ਅੱਡਾ ਲਾ ਕੇ। ਇੱਥੇ ਰਾਵੀ ਵਗਦੀ ਸੀ। ਅੱਛਾ ਅੱਛਾ। ਰਾਵੀ ਵਗਦੀ ਸੀ ਤੇ ਇੱਥੇ ਉਹਨਾਂ ਅੱਡਾ ਲਾ ਲਿਆ। ਹਾਂਜੀ। ਇਹ ਜਿਹੜਾ ਸੀ ਰਾਜਵਾਲਾ ਪਿੱਛੀ, ਹਾਂਜੀ ਹਾਂਜੀ, ਇਹ ਰਾਜਵਾੜੇ ਸਨ ਅੱਗੇ। ਅੱਗੇ ਸਨ ਜਿਲਿਓ ਜਲੀ ਨਹੀਂ ਸਨ, ਰਾਜਵਾੜੇ ਸਨ। ਹਾਂਜੀ। ਉਹਨਾਂ ਦੇ ਨਾਲ ਇੱਕ ਦੋ ਦੁਨੀਆ ਪਈ ਉਹਨਾਂ ਨੂੰ ਮਾਰਨ ਕੁੱਟਣ ਨੂੰ, ਇਹਨਾਂ ਉਹਨਾਂ ਦੀ ਇਮਦਾਦ ਕੀਤੀ। ਅੱਛਾ। ਵੱਡੇ ਫੱਟੇ ਦੋ ਤਿੰਨ ਦੀ, ਫਿਰ ਉਹਨਾਂ ਵੇਖਿਆ ਓਹੋ ਇਹ ਤੀ ਸਿਧਾਂਤ ਹੈ। ਉਹਨਾਂ ਫਿਰ ਇਹਨਾਂ ਨੂੰ 8ਵੀਆਂ ਮੁਰੱਬਾ ਦੇ ਕੇ ਟਈਏ ਲਾ ਕੇ ਗਿਣ ਕੇ ਮਿਲ ਕੇ ਫਿਰ ਉਹਨਾਂ ਨੂੰ ਦਿੱਤੀ। ਫਿਰ ਇੱਥੇ ਦਾ ਪਿੰਡ ਦੇ ਤੁਹਾਡੇ ਉਸ ਟਾਈਮ ਨੰਬਰਦਾਰ ਕਿੰਨੇ ਸਨ? 47 ਟਾਈਮ? ਚਾਰ। ਚਾਰ? ਹਾਂ। ਨਾਂ ਚੇਤੇ ਕਿਹੜੇ ਕਿਹੜੇ? ਕੁਝ ਯਾਦ ਨੇ ਕੁਝ ਨਹੀਂ। ਉਹ ਲੰਗੋਵਾਲ ਜੀ ਸੀ, ਉਹ ਲੰਗੋਵਾਲ ਹੀ ਰਹਿੰਦਾ ਸੀ। ਅੱਛਾ। ਤੇ ਇੱਥੇ ਇੱਕ ਲੰਬਰ ਸ਼ੇਰ ਸਿੰਘ ਸੀ, ਇੱਕ ਇੱਥੇ ਦੂਜਾ ਉਹ ਬੜਾ ਤਗੜਾ ਆਦਮੀ ਸੀ, ਪਹਿਲਾ ਮਾਨ ਸੀ ਕੀ ਇਹਦੇ ਨਾਂ ਸੀ। ਅੱਛਾ ਅੱਛਾ। ਸਿੱਖਾਂ ਦਾ ਨੰਬਰਦਾਰ ਹੈ ਸੀ ਕੋਈ? ਸਿੱਖਾਂ ਦੇ ਨੰਬਰ ਸਾਨੂੰ ਤਾਂ ਦੇਖਣੇ ਪੈਂਦਾ ਹੈ। ਮੁਸਲਮਾਨਾਂ ਕੋਲ ਚਾਰੇ ਸਿੱਖ ਸਨ ਨੰਬਰਦਾਰ? ਅਸੀਂ ਤਾਂ ਜੀ ਐਵੇਂ ਅੱਧ ਨਬੀ ਬੈਠੇ ਤਾਂ, ਸਾਡਾ ਕੋਈ ਸਹਾਰਾ ਨਹੀਂ ਸੀ ਆਇਆ, ਸਾਡੀ ਜਗ੍ਹਾ ਵੀ ਨਹੀਂ ਸੀ ਆਇਆ। ਸਹੀ ਮਾਲਕ, ਤੁਹਾਡੇ ਕਹਿਣ ਦਾ ਮਕਸਦ ਪਿੰਡ ਦੇ ਮਾਲਕ ਸਹੀ ਜਿਹੜੇ ਸਿੱਖ ਹੀ ਸਨ? ਹਾਂ, ਸਿੱਖ ਹੀ ਸਨ। ਅੱਛਾ ਅੱਛਾ। ਇਹਦੇ 'ਚ ਮੈਂ ਤੈਨੂੰ ਵਡਿਆਈ ਕਰਾਂਗਾ, ਅਸੀਂ ਬਈ ਸਾਹਿਬ ਅਸੀਂ ਉਹਨਾਂ ਪਰਨੇ ਸਾਹ ਸਾਡੇ ਪਰਨੇ, ਉਦੋਂ ਬੰਦੇ ਨਾ ਬੋਲ ਸੀ, ਹੁਣ ਪੈਸਿਆਂ ਦਾ ਬੋਲ, ਹੁਣ ਇਧਰਾਂ ਦਾ ਮੁੱਲ ਹੈ, ਉਦੋਂ ਬੰਦਿਆਂ ਦਾ ਬੋਲ। ਇਹ ਗੱਲ ਸੀ ਇਹ ਸੀ, ਇੱਕ ਜੀ ਦਾ ਯਾ ਮਾੜੇ ਹੱਲ ਵੇਖਣਾ,
ਸ਼ੁਕਰ ਘੱਟ ਲੱਭਦਾ ਸੀ। ਅੱਛਾ ਬਜ਼ੁਰਗੋ, ਇੱਥੇ ਸਿੱਖ ਸਨ, ਹਿੰਦੂ ਖੱਤਰੀ ਵੀ ਆਏ ਸਨ? ਹਿੰਦੂ ਖੱਤਰੀ ਦੁਕਾਨਦਾਰ ਹੀ ਸਨ, ਇੱਕ ਦੋ ਦੁਕਾਨਦਾਰ ਹੀ ਸਨ। ਅੱਛਾ, ਸਿੱਖਾਂ ਦੇ ਨਾਂ ਚੇਤੇ ਆ? ਕਿਹੜੇ ਕਿਹੜੇ ਸਿੱਖ ਸਨ ਇੱਥੇ? ਸਿੱਖ ਜੀ ਇੱਥੇ ਬਥੇਰੇ ਸਨ, ਨਾਂ ਚੇਤੇ ਮੰਨ ਕੇ। ਇੱਕ ਤੇ ਕੇ ਸਿੰਘ ਸਰਦਾਰ, ਅੱਛਾ ਜੀ, ਉਹਦਾ ਵੀਰ ਜਗੀਰ ਸਿੰਘ ਭਰਾ ਉਹਦਾ ਛੋਟਾ, ਅੱਛਾ, ਉਦੋਂ ਛੋਟਾ ਵੀਰ ਸਿੰਘ, ਉਹਨਾਂ ਦੇ ਬਾਬੇ ਦਾ ਪੁੱਤਰ। ਬੁੱਧੂ ਸ਼ਾਹ ਕਹਿੰਦੇ ਸਨ, ਉਹ ਇੱਕ ਹੀ ਸੀ, ਉਹ ਤਿੰਨ ਭਰਾ ਸਨ। ਉਹ ਇੱਕ ਤੇ ਵਕੀਲ ਸੀ, ਦੋ ਬੰਦੇ ਬਾਈ ਜੋਤੀ ਕਰਦੇ ਸਨ। ਉਦੋਂ ਪਿੱਛੇ ਇੱਧਰ ਆ ਜਾ, ਇੱਧਰ ਆ, ਥੋੜੇ ਮਾਲਕ ਜਿਨ੍ਹਾਂ ਦੇ ਜੀ ਥੋੜੇ ਰਹਿ ਗਏ ਉਹਨਾਂ ਦੀ ਮਾਲਕੀ ਚੁੱਕੀ ਆ ਗਈ, ਜਿਨ੍ਹਾਂ ਦੇ ਜੀ ਹੋ ਗਏ ਉਹਨਾਂ ਦੀ ਮਾਲਕੀ ਥੋੜੀ ਹੋ ਗਈ। ਆ ਇੱਧਰ ਸਨ ਇਹ ਕੋਈ ਪੰਜਾਂ ਰੁਪਿਆਂ ਦਾ ਮਾਲਕ, ਪੰਜਾਂ ਸੱਤਾਂ ਕਿੱਲਿਆਂ ਦਾ ਮਾਲਕ, ਉਹ ਜੀ ਵੀ ਰਲ ਗਿਆ। ਅੱਛਾ ਅੱਛਾ, ਇਹ ਇਸੇ ਤਰ੍ਹਾਂ ਇਹ ਤੈਨੂੰ ਇਹ ਹੋ ਗਏ ਕਈ ਜਿਹੜੇ ਸਨ। ਉਹ ਜਿਹੜੇ ਦੋ ਸਨ ਬੰਦੇ, ਇੱਕ ਬਾਬਾ ਕੁੰਦਨ ਸਿੰਘ, ਇੱਕ ਬਾਬਾ ਕੀ ਉਹਦੇ ਨਾਂ ਸੀ, ਇਹ ਦੋਵੇਂ 20 ਰੁਪਿਆ ਦੇ ਮਾਲਕ ਇੱਧਰੋਂ ਗਏ ਨੇ। ਅੱਛਾ ਅੱਛਾ, ਇਹਨਾਂ ਦੀ ਮਾਲਕੀ ਪੂਰੀ ਦੀ ਪੂਰੀ ਸੀ, ਇਹਦੇ ਮੋਟੇ ਜ਼ਿੰਮੇਦਾਰ ਸਨ ਮੇਰੇ ਪਿੰਡ। ਹਾਂਜੀ ਹਾਂਜੀ, 20 ਰੁਪਏ ਦੇ ਮਾਲਕ ਇਹ ਜਿਹੜਾ ਸਨ ਨਾ, ਇੱਕ ਘਰ ਹੈ ਬਾਬਾ ਚਿਰਾਗ ਸਿੰਘ ਨੰਬਰਦਾਰ ਸੀ ਤੇ ਪਲਾ ਮਾਨ ਸੀ। ਬਾਬਾ ਚਿਰਾਗ ਸਿੰਘ, ਬਾਬਾ ਚਿਰਾਗ ਸਿੰਘ ਉਹ ਨੰਬਰਦਾਰ ਸੀ? ਨੰਬਰਦਾਰ ਸੀ। ਅੱਛਾ ਅੱਛਾ, ਉਹਦੇ 'ਚ ਵੀ ਹੁਣ ਮੈਂ ਵੀ ਧੱਕੇ ਦੇ, ਤੂੰ ਵੀ ਧੱਕੇ ਦੇ, ਭਲਾ ਮਾਨ ਸੀ ਸ਼ਰੀਫ, ਭਲਾ ਮਾਨ ਸੀ, ਤੇ ਨਾਲੇ ਲੋਕਾਂ ਨੂੰ ਨੁਕਸਾਨ ਕਰਨਾ, ਨਾਲੇ ਚੇਲਾ ਕਰ, ਲੋਕ ਚੰਗੇ ਸਨ, ਹੁਣ ਕੋਈ ਥੋੜ੍ਹੀਆਂ ਜਿਹੀਆਂ ਪੱਟੀਆਂ ਸਨ, ਹੁਣ ਕੋਈ ਜਾਣਦੇ ਸਨ ਦੇਖ ਕਾ ਫਿਰ ਮੈਂ ਕਾ। ਅੱਛਾ ਬਾਬਾ ਜੀ, ਜਿਹੜੇ ਸਿੱਖ ਰਹਿੰਦੇ ਸਨ ਉਸ ਜਾਤਾਂ ਦਾ ਪਤਾ ਉਹਨਾਂ ਕਿਹੜੀ ਜਾਤ ਸੀ? ਖਾਰੇ, ਸਾਰੇ ਖਾਰੇ ਸਨ, ਸਾਰੇ ਖਾਰੇ ਇੱਕੇ ਮੁੱਠੀ। ਅੱਛਾ, ਤੁਹਾਨੂੰ ਦੱਸਿਆ ਜੀ ਉਹ ਅੰਮ੍ਰਿਤਸਰ ਵੱਲੋਂ ਆਏ ਨੇ, ਹਾਂਜੀ ਜੀ, ਖਾਰੇ ਮਾਲ ਚਾਰ ਤੇ ਇੱਥੇ ਬਾਲ ਹੋ ਗਏ। ਕਿਸੇ ਹਿੰਦੂ ਖੱਤਰੀ ਦਾ ਤੁਹਾਨੂੰ ਨਾਂ ਯਾਦ? ਖੱਤਰੀ ਹਿੰਦੂ ਇੱਕ ਦਾ ਤੇ ਨਾਂ ਸੀ ਭੈਣ ਸੋਹ ਦਾ, ਰਾਮ ਲਾਲ, ਰਾਮ ਲਾਲ। ਅੱਛਾ ਬਾਬਾ ਜੀ, ਬਜ਼ੁਰਗ ਜਿਹੜੇ ਨੇ ਗਾਹਾਂ ਬੜੀਆਂ ਕਰਦੇ ਨੇ, ਭੈਣ ਚੋਦ ਫਲਾਂ ਟੀ, ਅਕਸਰ ਇਹ ਵੀਡੀਓ ਵਿੱਚ ਨਾ, ਇਹ ਨਹੀਂ, ਇਹ ਸਾਡੇ ਵਾਸਤਾ ਰੋਕ, ਇਹ ਸਾਡੇ ਵੱਡਿਆਂ ਤੋਂ ਲੈ ਕੇ। ਅੱਛਾ, ਜਿਹੜੇ ਖੱਤਰੀ ਦੁਕਾਨਾਂ ਭਲਾਕਾ ਦੀ ਕਰਦੇ ਬਾਬਾ? ਇਹ ਜੀ ਕਰਿਆਨਿਆਂ ਕਰੂਨੀਆਂ ਦੀ ਦੁਕਾਨਾਂ, ਜਿਵੇਂ ਦੇ ਹੁਣ ਆ ਪਾਈਆਂ ਪਰਚੋਲ ਦੀ? ਹਾਂ, ਪਰਚੋਲ ਦੀ। ਅੱਛਾ ਅੱਛਾ, ਇੱਕ ਤੇ ਇੱਥੇ ਬੜਾ ਤਗੜਾ ਖੱਤਰੀ ਸੀ। ਅੱਛਾ, ਉਹ ਸਾਰੇ ਪਿੰਡਾਂ ਨੂੰ ਨਾਲ ਨਾਲ ਦੇ ਪਿੰਡਾਂ ਨੂੰ ਦਿੰਦਾ ਹੋਣਾ ਫਿਰ ਸੌਦਾ? ਉਹ ਜੀ ਦਿੰਦਾ, ਛੱਡ ਕੇ ਉਹਨੇ ਲੰਗੋਵਾਲ ਪਿੰਡ ਡੇਰਾ ਹੈ ਉਹ ਸਾਰਾ ਖਰੀਦ ਲਿਆ ਸੀ। ਲੰਗੋਵਾਲ ਜਿਹੜਾ ਸੀ ਨਾ, ਆ ਘੰਗ ਵਾਲੀ ਸਾਈਡ ਤੇ ਜਿਹੜਾ? ਨਹੀਂ ਨਹੀਂ, ਆ ਲੰਗੋਵਾਲ। ਅੱਛਾ ਅੱਛਾ, ਅੰਗਰੇਜ਼ ਨੇ ਇਹਨਾਂ ਨੂੰ ਬੰਦ ਕੀਤਾ ਸੀ, ਇਹਨਾਂ ਨੂੰ ਜ਼ਮੀਨ ਨਹੀਂ ਦੇਣੀ, ਉਹ ਫਿਰ ਤੇਰੇ ਕੋਲ ਲੈ ਕੇ ਤੇ ਮੇਰੇ ਨਾਲ ਖਾ ਦਿੰਦੇ ਸਨ। ਅੱਛਾ, ਆਪਣੇ ਨਾਂ ਉਹਨਾਂ ਦੇ ਨਹੀਂ ਸੀ ਲੱਗ ਰਹੇ। ਅੱਛਾ ਅੱਛਾ, ਹਾਂ, ਉਹਨੇ ਬੜੇ ਕੁਝ ਕੀਤਾ ਸੀ ਨਾ, ਕਈ ਖੱਤਰੀ 30 ਮੁਰੱਬਿਆਂ ਦੇ ਮੁਰੱਬੇ ਲੈ ਕੇ ਚਲੇ ਗਏ, ਨਾ ਨਹੀਂ ਉਹਨਾਂ ਦੇ। ਬਾਬਾ ਜੀ, ਤੁਸੀਂ ਉਦੋਂ ਕਿੱਡੇ ਕੁ ਸੋ ਭਲਾ? ਮੈਂ ਜੀ ਉਦੋਂ 13-14 ਸਾਲ ਦਾ ਸੀ। 13-14 ਸਾਲ ਦਾ? ਹਾਂ। ਖੱਤਰੀ ਦੁਕਾਨ 'ਤੇ ਜਾਂਦੇ ਰਹੇ ਤੁਸੀਂ ਵੀ ਕਿ ਨਹੀਂ? ਬੜੇ ਚੰਗੇ ਜਾਂਦੇ ਰਹੇ, ਸੌਦਾ ਸੁਦਾ ਲੈਣ? ਸੌਦਾ ਸੁਦਾ ਲੈ। ਤੁਹਾਨੂੰ ਫਿਰ ਸ਼ਕਲ ਚੇਤੇ ਹੋਣੀ ਅੰਜ ਦਾ ਸੀ, ਅੰਜ ਨਕਸ਼ਾ ਜ਼ਿਆਦਾ? ਮੈਂ ਕਿਹਾ ਜੀ ਗੋਰੇਨ ਸ਼ੋਅ ਬੋਧੀ ਰੱਖੀ ਹੁੰਦੀ ਸੀ। ਅੱਛਾ ਅੱਛਾ, ਗੋਰੇਨ ਸ਼ੋਅ ਪੈਸੇ ਦੀਆਂ ਰਿਓੜੀਆਂ ਲੈਣੀਆਂ, ਇੰਨੀਆਂ ਤਾਲੀਆਂ ਦੇ ਦੇਣੀਆਂ, ਤਾਲੀਆਂ ਪੈਸੇ ਦੀਆਂ, ਮਤਲਬ ਪੈਸੇ ਦੀ, ਪੈਸੇ ਜਿਵੇਂ ਰੁਪਈਆ ਹੈ, ਇੰਨਾ ਪੈਸਾ ਹੋਏਗਾ, ਜਿਵੇਂ ਰੁਪਈਆ ਹੁਣ
ਰੁਪਈਆ ਵੀ ਤੋਲੇ ਦਾ ਸੀ, ਉਹ ਪੈਸਾ ਵੀ ਤੋਲੇ ਦਾ ਸੀ। ਅੱਛਾ ਅੱਛਾ। ਤੇ ਉਹਨੂੰ ਪੈਸੇ ਪੈਸੇ ਦਾ ਮੁੱਲ ਸੀ, ਹੁਣ ਪੈਸੇ ਦਾ ਕੋਈ ਮੁੱਲ ਨਹੀਂ। ਉਦੋਂ ਪੈਸੇ ਦਾ ਮੁੱਲ ਸੀ, ਪੈਸਾ ਮਿਲ ਜਾਏ, ਚੀਜ਼ ਮਿਲ ਜਾਣੀ, ਘਿਓ ਮਿਲ ਜਾਣਾ 2-2.5 ਰੁਪਏ, ਸ਼ੇਰ ਦੇਸੀ ਦੇਸੀ 3 ਭਰੇ ਪਏ ਅੰਦਰ, 3 ਭਰੇ ਪਏ ਉੱਤੇ ਵਿੱਚ ਰੂਮ ਲੱਗਿਆ, ਚਾਟੀਆਂ ਭਰੀਆਂ, ਕਿਤੇ ਲਾਹੌਰ ਜਾਉਣ ਤੇ ਕੋਈ ਲੈ ਜਾਣ। ਲੁਹਾਰ ਹੋ ਗਏ, ਹਿੰਦੂ ਸਨ, ਨਾਈਆਂ ਦਾ ਕੰਮ ਕਰਦੇ, ਮਤਲਬ ਖੁਦ ਬਣਾਉਣੇ ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ, ਜਿਹੜਾ ਵੀ ਕਰਾਉਂਦਾ ਸੀ ਸਾਰਿਆਂ ਦੇ ਉਹ ਕਰਦਾ। ਬਾਬਾ ਲਾਜਨ ਸਿੰਘ ਮਿਸਤਰੀ ਲੁਹਾਰ, ਕਈਆਂ ਮਾਵਾਂ ਜੋ ਕਈਆਂ ਕੁੜੀਆਂ ਬਣਾਉਂਦਾ ਸੀ, ਉਹ ਕਈਆਂ ਬਣਾਉਂਦਾ ਸੀ। ਅੱਛਾ ਅੱਛਾ। ਉਹ ਫਿਰ ਸਾਡੇ ਹੁੰਦਿਆਂ ਹੀ ਸ਼ਹਿਰ ਚਲਾ ਗਿਆ ਸੀ, ਉਹਨੂੰ ਵੀ ਪੁੱਛਿਆ ਸਿੱਖਾਂ ਦੇ ਵਿੱਚ ਰਿਪੀਟ ਕਰੇ, ਉਹ ਕਿਹਾ ਸਰਦਾਰ ਜੀ ਮੇਰਾ ਇੱਥੇ ਟਾਈਮ ਨਹੀਂ ਪਾਸ ਹੁੰਦਾ, ਬੰਦੇ ਦੇ ਬੜਾ ਖਿੱਚ ਕਰਦੇ ਸਰ, ਫਿਰ ਨਿਕਲੇ ਨਾ ਪਹਿਲਾਂ। ਹਾਂਜੀ। ਉਹਨੇ ਕਿਹਾ ਮੈਂ ਹਾਜ਼ਰ ਹਾਂ ਜਦੋਂ ਵੀ ਮੈਨੂੰ ਆਵਾਜ਼ ਮਾਰੋ, ਮੇਰਾ ਇੱਥੇ ਸਰਕਸ ਨਹੀਂ ਚੱਲਦਾ, ਇੱਕ ਤਾਂ ਮੈਂ ਬੱਚੇ ਪੜ੍ਹਾਉਣੇ ਨੇ ਥੋੜ੍ਹੇ ਬਹੁਤੇ, ਦੂਜਾ ਮੈਂ ਕੋਈ ਕਾਰੋਬਾਰ, ਸਾਰੀ ਉਮਰ ਮੈਂ ਕਈਆਂ ਫਾਲੇ ਕੁੱਟਦੇ ਹੋਰ ਬਾਕੀ ਸਾਰੇ। ਅੱਛਾ ਬਜ਼ੁਰਗੋ, ਹੁਣ ਸਾਨੂੰ ਥੋੜ੍ਹਾ ਬਹੁਤ ਦੱਸੋ, ਪਿੰਡ ਦਾ ਨਕਸ਼ਾ ਦੱਸੋ ਥੋੜ੍ਹਾ, ਕਿਵੇਂ ਦਾ ਸੀ ਘਰ, ਕੱਚੇ ਪੱਕੇ ਸਨ, ਕਿਵੇਂ ਦਿਖਾਉਂਦੇ ਘਰ ਉਸ ਟਾਈਮ? ਕੱਚੇ ਬਹੁਤੇ ਸਨ, ਪੱਕੇ ਥੋੜ੍ਹੇ ਸਨ, ਪੱਕੇ ਆ ਇੱਧਰ ਸਨ। ਕਿਹਦੇ ਪੱਕੇ? ਥੋੜ੍ਹਾ ਕੁਝ ਜਿਹੜਾ ਮੁਸਲਮਾਨ ਹੈ, ਸਿੱਖ ਦੇ ਹਾਂ, ਹਿੰਦੂ ਦੇ ਹਾਂ, ਸਿੱਖ ਦੇ ਜੀ, ਸਿੱਖਾਂ ਦੇ ਹਾਂ ਪੱਕੇ ਘਰ। ਅੱਛਾ ਅੱਛਾ। ਆਂਦੇ ਵਿੱਚ ਬਾਰੇ ਚੋੜੇ ਹੀ ਬਣਾਉਂਦੇ ਨੇ, ਬਾਰੇ ਵਿਰਲੇ ਜਿਹੇ ਬਣੇ ਸਨ, ਉਹ ਜਿਹੜਾ ਬਾਬਾ ਚਿਰਾਗ ਸਿੰਘ ਸੀ ਨਾ, ਉਹ ਜਿਹੜਾ ਸਕੂਲ ਹੈ ਨਾ। ਅੱਛਾ। ਉਹਨੇ ਸਕੂਲ ਇਹ ਜਿਹੜੇ ਨੰਬਰ ਸਨ ਨਾ ਇੱਧਰਲੇ। ਅੱਛਾ। ਉਹ ਬੜੀ ਜਦੋਂ ਪੁਲਿਸ ਆਉਂਦੀ ਸੀ ਨਾ, ਤੇ ਆਖਣਾ ਉਹਨਾਂ ਨੂੰ ਆਖ ਚਿਰਾਗ ਸਿੰਘ ਤੇ ਨੂੰ ਆਖੋ ਰੋਟੀ ਲਿਆ ਕੇ ਦੇ। ਅੱਛਾ। ਉਹਨਾਂ ਪੁੱਤਰ ਬੜਾ ਜਵਾਨ ਕਰਕੇ ਨਾ ਐਦਾ ਜਵਾਨ, ਉਹ ਦੋ ਤਿੰਨੇ ਜੋਸ਼ੀ ਲੈ ਕੇ ਗਿਆ ਨਾ, ਚੇਲ ਨਾ ਖਾ ਚੱਲੀ, ਉਹ ਪਿੱਛੇ ਨਾਲ ਆਲ ਕੇ ਲੜ ਗਿਆ, ਬਾਪੂ ਮੈਂ ਰੋਟੀ ਲੈ ਕੇ ਨਹੀਂ ਜਾਣਾ ਪੁਲਿਸ ਵਾਲੇ, ਮੈਨੂੰ ਉੱਥੇ TR ਵਿੱਚ ਕਰਦੇ ਨੇ ਨੰਬਰ, ਨਾਲੇ ਰੋਟੀ ਘਰ ਚੱਲ ਪੁੱਜੀ ਕਿ ਤੁਹਾਡੇ ਘਰ ਦੀ ਕੋਈ ਸ਼ੈ, ਉਹਨੇ ਫਿਰ ਬੈਠ ਕੇ ਬਣਾਇਆ। ਇਹ ਜਿਹੜਾ ਸਕੂਲ ਹੈ ਨਾ, ਇਹ ਉਹਨੇ ਬੈਠ ਕੇ ਬਣਾਇਆ, ਫਿਰ ਉਹਨੇ ਉੱਤੇ ਚਬਾੜੀ ਦੀ ਪਾਈ, ਉਹਦੇ 'ਚ ਰਾਮ 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 ਸਵੇਰੇ ਤੱਕਦੀ ਹੈ, ਰਾਮ ਰਾਮ ਕਰਦੇ ਰਹਿਣਾ, ਆਖਣਾ ਬਾਬਾ ਚਿਰਾਗ ਸਿੰਘ ਬੈਠਰੀ, ਚਿਰਾਗ ਸਿੰਘ ਬੈਠਰੀ ਬੈਠਰੀ। ਅੱਛਾ ਅੱਛਾ। ਮੇਰੇ ਸਾਹਿਬ ਇੱਕ ਉਹਦੀ ਚੇਟ ਬਣਾਈ ਹੈ ਬਾਬਾ ਚਿਰਾਗ ਸਿੰਘ ਬੈਟਰੀ। ਅੱਛਾ। ਜਿਵੇਂ ਹੁਣ ਅਸੀਂ। ਅੱਛਾ ਅੱਛਾ। ਬਾਬਾ ਜੀ ਉਦੋਂ ਮਸੀਤ ਹੈ ਸੀ ਆਪਣੀ ਇੱਥੇ? ਹਾਂ, ਉਦੋਂ 47 ਤੋਂ ਪਹਿਲੇ ਸਿੱਖ ਰਹਿੰਦੇ ਹੈ ਸੀ ਉਧਰ, ਜਿਹੜੀ ਲਾਂਦੀ ਮਸੀਤ ਸੀ ਨਾ, ਉੱਥੇ ਹੀ ਮਾੜਾ ਮੋਟਾ ਆਸਰਾ ਬਣਾਇਆ ਸੀ। ਅੱਛਾ। ਗੁਰਦੁਆਰਾ ਵੀ ਹੈ ਸਿੱਖਾਂ ਦਾ ਬੜਾ ਤਗੜਾ, ਕਿੱਥੇ ਕਰਕੇ? ਆਹ ਨਾਲ ਮਸੀਤ ਤੇ ਲੱਗੀ ਸੀ? ਨਹੀਂ ਨਹੀਂ ਇੱਥੇ। ਅੱਛਾ। ਉੱਥੇ ਦਰਬਾਰ ਬਣੇ ਪੀਰਾਂ ਦੇ, ਜਿੱਥੇ ਗੁਰਦੁਆਰਾ ਸੀ ਉਹਦਾ ਹੁਣ ਕੀ ਬਣ ਗਿਆ? ਦਰਬਾਰ ਬਣੇ ਪੀਰਾਂ ਦੇ। ਅੱਛਾ ਅੱਛਾ। ਦਰਬਾਰ ਬਣਾ ਲਿਆ? ਹਾਂ। ਅੱਛਾ। ਪੱਕਾ ਹੁੰਦਾ ਸੀ ਗੁਰਦੁਆਰਾ? ਹਾਂਜੀ।
ਗੁਰਦੁਆਰਾ ਪੱਕਾ ਸੀ? ਬੜਾ ਪੱਕਾ। ਅੱਛਾ, ਬੜੀ ਠੀਕ ਗੱਲ ਸੀ। ਅੱਛਾ, ਪੰਜ ਚਾਰ ਕਮਰੇ ਸਾ। ਹਾਂਜੀ। ਅੱਛਾ, ਵਿੱਚੋਂ ਜਿਹੜੇ ਭਾਈ ਸਾਹਿਬ ਰਹਿੰਦੇ ਸਨ ਉਹ ਸਵੇਰੇ ਗ੍ਰੰਥ ਪੜ੍ਹਦੇ ਫਿਰਦੇ ਸਨ, ਪਾਠ ਕਰਦੇ ਆਪਣਾ। ਹਾਂ, ਬਾਬਾ ਜੀ ਇੱਕ ਤਕੀਆ ਬਣਾਇਆ ਹੁੰਦਾ, ਅਕਸਰ ਪਿੰਡਾਂ ਵਿੱਚ ਤਕੀਆ ਹੁੰਦੇ, ਤਕੀਆ ਸਮਝਦੇ ਹੋ? ਬੈਠਾ ਗਈਆਂ ਕਦੇ ਬਹਿਣ ਵਾਲੇ ਬਜ਼ੁਰਗਾਂ ਉਹ ਸੀ ਕਿਤੇ ਬੋਰਡ ਬੋਰਡ ਦਾ ਦਰਖਤ ਜਾਂ ਪਿੱਪਲ ਦਾ ਥੱਲੇ ਬਹਿੰਦੇ ਹੋਣ, ਥੜਾ ਮਰਾ ਹੋਏ ਬਣਾਇਆ ਜੀ। ਇੱਥੇ ਗੁਰਦੁਆਰੇ ਸੀ ਤੇ ਉਧਰ ਉੱਤੇ ਲੰਬਰਾ ਦੀ ਉੱਧਰ ਬੈਠਕ ਸੀ, ਉੱਥੇ ਬੰਦਾ ਕੁਆਇਆ ਗਿਆ ਬਹਿਣਾ। ਅੱਛਾ। ਉੱਧਰ ਬਾਬਾ ਚਿਰਾਗ ਸਿੰਘ ਸੀ, ਉਹਨੇ ਉਹ ਬੈਠਕ ਪਹਿਲਾਂ ਤਾਂ ਪੜ੍ਹੀ ਸੀ, ਫਿਰ ਉੱਥੇ ਬੈਠਕ ਬਣਾ ਲਈ। ਉੱਥੇ ਬੰਦੇ ਕੋਈ ਕੰਮ ਹੋਇਆ ਤੇ ਸਾਰਿਆਂ ਨੂੰ ਆਵਾਜ਼ ਪੈਣੀ ਚੌਕੀਦਾਰ, ਪਰ ਬਾਬੇ ਚਿਰਾਗ ਸਿੰਘ ਦੀ ਬੈਠ ਕੇ ਬੰਦੇ ਸਾਰੇ ਇਕੱਠੇ ਹੋ ਜਾਓ ਰਾਮ ਨੇ ਉੱਥੇ ਪੁੱਛਦੇ। ਤੇ ਖੂਹੀਆਂ ਕਿੱਥੇ ਕਿੱਥੇ? ਹਾਂ, ਪਾਣੀ ਪੀਣ ਵਾਲੀਆਂ ਪਿੰਡ ਦੀ ਨਲਕੇ ਤੋਂ ਹੁੰਦੇ ਨੇ? ਹਾਂ, ਨਲਕੇ ਹੈ ਹੀ ਸਨ, ਖੂਹੀਆਂ ਇਹਨਾਂ ਦੀਆਂ ਸਨ ਜਿੱਥੇ ਅਸੀਂ। ਇਹ ਜਿਹੜੇ ਅਕਬਰ ਬਾਦਸ਼ਾਹ ਨੇ ਨਾ ਖੂਹ ਲਵਾਏ ਸਨ ਨਾ, ਉਹ ਇੱਕ ਪਿੰਡ ਆ ਉਸ ਪਾਸੇ ਸੀ, ਵਿੱਚ ਪਿੰਡ ਇੱਕ ਇਸ ਪਾਸੇ ਇੱਕ ਇੱਥੇ ਵੀ ਗਏ, ਉਹ ਵੀ ਖੂਹ ਸੀ। ਇਹ ਤਿੰਨ ਖੂਹ ਅਕਬਰ ਬਾਦਸ਼ਾਹ ਦੇ ਵਕਤ ਦੇ ਸੀ, ਦੋਨਾਂ ਚ ਪਾਣੀ ਪਾਉਂਦੇ ਸਨ। ਬਾਬਾ ਜੀ ਆਪਣੇ ਆ ਜਿਹੜੀ ਕਣਕ ਕੋਈ ਨਾ ਕੋਈ ਸ਼ਾਇਦ ਪਿਆਂਦੀ ਹੋਵੇ, ਕਣਕ ਕੋਈ ਮੱਡਲ ਚ ਕੋਈ ਵੀ ਆਟੇ ਪੀਣ ਵਾਲੀਆਂ ਚੱਕੀਆਂ ਜਾਂ ਉਹ ਹੈ ਨਾ ਖਰਾਸ ਵਗੈਰਾ? ਖਰਾਸ ਬਹੁਤ ਸਨ, ਚੱਕੀ ਇੱਕ ਦੇ ਮਗਰੋਂ ਲਾਈ ਸੀ। ਅੱਛਾ ਅੱਛਾ। ਫਿਰ ਉਹ ਜਦੋਂ ਜ਼ਿਮੀਦਾਰ ਬਹੁਤਾ ਕੰਮ ਪੈਂਦਾ ਸੀ ਨਾ ਉਦੋਂ ਪਿਆ ਲੈਂਦੇ ਸਨ, ਨੀਚੇ ਅਸੀਂ ਮਾੜੇ ਲੋਕ ਪਿਆ ਪੂ ਲੈਂਦੇ ਸਨ ਜਾਂ ਕਰ ਲੈਂਦੇ ਸਨ। ਬਾਬਾ ਜੀ ਇੱਥੇ ਹਿੰਦੂ ਸੁਨਿਆਰੇ ਕੋਈ ਨਹੀਂ ਸਨ? ਹੈਗੇ ਸਨ ਸੁਨਿਆਰਿਆਂ ਦੀ ਦੁਕਾਨਾਂ। ਸੁਨਿਆਰਿਆਂ ਦੀ ਕੋਈ ਦੁਕਾਨ ਕਿੱਥੇ ਕਰ ਗਏ? ਆਹ ਨਾਲ ਹੀ ਇੱਥੇ। ਨਹੀਂ ਸੜਕ ਤੇ ਕਹਿ ਰਹੇ ਗੁਰਾਂ? ਨਹੀਂ ਨਹੀਂ, ਆਹ ਇੱਥੇ ਥੋੜ੍ਹਾ ਜਿਹਾ ਘਰ ਕਰ। ਸੁਨਿਆਰਿਆਂ ਦਾ ਭਾੜਾ ਸਿਆਣਾ ਹਿੰਦੂ ਹਨ, ਹਿੰਦੂ ਸੁਨਿਆਰੇ। ਤੁਹਾਨੂੰ ਯਾਦ ਨੀ ਨਾਂ ਕੀ ਸੀ ਉਹਦਾ? ਨਾਮ ਉਹਦੇ ਨਾਮ ਅਮਰ 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 ਅਮਰ। ਅੱਛਾ, ਉਹ ਸਿੰਧੂ ਦਾ ਨਾਮ ਸੀ ਜਿਹੜਾ ਸੋਨੇ ਦਾ ਕੰਮ ਕਰਦਾ? ਹਾਂਜੀ। ਅੱਛਾ ਅੱਛਾ। ਛੋਟੇ ਦੇ ਨਾਂ ਦਾ ਨਹੀਂ ਮੈਨੂੰ ਪਤਾ ਲੱਗਾ, ਉਹਦਾ ਪਤਾ ਸੀ ਉਹਦਾ ਫਿਰ ਅਮਰ ਅਮਰ ਜਵਾ ਦਿੱਤਾ। ਅੱਛਾ, ਸੜਕ ਜਿਹੜੀ ਲੰਘਦੀ ਪਈ 47 ਨਾਮ ਹੈ ਸੀ ਤੇ ਛੋਟੀ ਜਿਹੀ ਕਿਵੇਂ ਦਾ ਹਿਲਾ? ਇਹ ਜੀ ਮਾੜੀ ਮੋਟੀ ਸੀ ਲੀਕ। ਅੱਛਾ, ਨਿੱਕੀ ਜੀ ਆਮ ਸੀ ਜਿਵੇਂ ਆਮ ਉਹਦੇ ਚ ਸੀ ਵੀ ਕੜਕਣ ਵਾਲਿਆਂ ਵਾਗਿਆਂ ਦੀ ਇੱਕ ਲਾਰੀ ਸੀ, ਇੱਕ ਲਾਰੀ ਸੀ ਇਹ ਮਨ ਵਾਲੀ ਸਰਦਾਰ ਦੀ, ਅਮਨ ਵਾਲਾ ਜਿਹੜਾ ਮਨ ਵਾਲੇ ਸਰਦਾਰ, ਉਹਨੂੰ 5 ਸਾਲਾਂ ਦਾ ਬੰਨਣ ਦਾ ਆਰਡਰ ਦਿੱਤਾ ਸੀ ਹਕੂਮਤ ਨੇ। ਅੱਛਾ। ਉਹ ਦੋਵੇਂ ਆਉਂਦੀਆਂ ਸਨ ਇੱਧਰੋਂ, ਉੱਧਰੋਂ ਆਉਂਦੀਆਂ ਸਵਾਰੀ ਚੁੱਕੇ ਤੇ ਉਰੇ ਲਾ ਲੈਣੇ, ਸ਼ਾਮ ਨੂੰ ਫਿਰ ਉਹਨਾਂ ਅੱਗੇ ਪਿੱਛੇ ਲੱਗੀਆਂ ਜਾਣਾ, ਸੜਕਣ ਵਾਲੀ ਜਗ੍ਹਾ ਲੰਘ ਜਾਣੀ ਤੇ ਮਨ ਵਾਲੇ ਵਾਲੀ ਇੱਥੇ ਰਹਿ ਜਾਣੀ। ਐਵੇਂ ਲੀਕ ਜੀ ਸੀ ਮਾੜੀ ਮੋਟੀ ਦਾ ਬੜੀ ਨਿਸ਼ਾਨ। ਬਾਬੇ ਚਿਰਾਗ ਸਿੰਘ ਦਾ ਉਹਨੇ ਫਿਰ ਇੱਥੇ ਪੜ੍ਹਨ ਵਾਲਾ ਵਸੀਲਾ ਕੋਈ, ਉਹਨੇ ਫਿਰ ਆਖਿਆ ਇੱਥੇ ਪੜ੍ਹੋ ਪੁੱਤਰ, ਇਹ ਕਾਹਦੇ ਲਈ ਬਣਿਆ? ਸਕੂਲ ਬੜਾ ਸ਼ਾਹੀ ਸੀ। ਹਾਂ, ਫਿਰ ਇੱਥੇ ਜਾਂਦੇ ਰਹੇ ਸਕੂਲੇ ਤੁਸੀਂ? ਨਹੀਂ, ਮੈਂ ਕੀ ਜਾਣਾ, ਮੈਂ ਯਤੀਮ ਹੋ ਗਿਆ। ਅੱਛਾ, ਟੱਕਿਆ ਜੋ ਪੈ ਰਹੇ ਨਹੀਂ ਬੜਿਆ ਸਕੂਲੇ? ਮੈਂ ਕਿਹਾ ਲੈ ਕੇ ਚਲੇਗਾ ਪੂਰਾ ਸਿੱਖ ਜਿਹੜੇ ਸਨ ਬੜੇ ਖਿਲਾਫ ਦਿਖਾਉਣ ਵਾਲੇ ਸਨ। ਅੱਛਾ ਜੀ। ਉਹ ਵੇਹਦੇ ਸਨ
ਕਿਸੇ ਨੇ ਲਿਆ ਛੁਟਾਂਦੇ ਜਾ ਹਾਂ ਇਹ ਨਹੀਂ ਸੀ ਗੱਲ ਉਹਨਾਂ 'ਚ ਤਰਸ ਹੀ ਸੀ ਬੇਤਰਸ ਨਹੀਂ ਚੱਲੋ ਵਿੱਚ ਹੀ ਚੱਲ ਦੂਸਰਾ ਬੰਦੇ ਪਰ ਨਹੀਂ ਉਹਨਾਂ ਚੰਗੇ ਮਾਡਲ ਫਸਾਰਿਆਂ ਜੀ ਉਹਦੇ 'ਚ ਹਰ ਬੰਦਾ ਉਹਨਾਂ ਨੂੰ ਕੁੱਤਿਆ ਕੁੱਤਿਆ ਕਰਦਾ ਉਹ ਕੱਚ ਦੀ ਉਹ ਕੱਚੇ ਉਹ ਕੁੱਤੇ ਉਹਨਾਂ ਨੇ ਕੋਈ ਨਹੀਂ ਪਾ ਜਿਹੜੇ ਤਾਂ ਉਹ ਠੀਕ ਬੰਦੇ ਅੱਛਾ ਬਾਬਾ ਜੀ ਪਿੰਡ ਦੇ ਜਿਹੜੇ ਮੁਸਲਮਾਨ ਸਿੱਖ ਹਿੰਦੂ ਸਾਂ ਇੱਥੇ ਰਹਿੰਦੇ ਆਪਸ ਚ ਕੋਲ ਮਿਲਣ ਵਰਤਨ ਸ਼ਾਦੀਆਂ ਵਿਆਹਾਂ ਦੇ ਕੋਈ ਸੁਖਾ ਸਭ ਕੁਝ ਵਿੱਚ ਅਸੀਂ ਸਭ ਕੁਝ ਹਾਲ ਸਹਿ ਤਾਂ ਮੇਨੇ ਕੋਲ ਨਹੀਂ ਚੀਜ਼ ਨਾ ਮਿਲਦੀ ਜੀ ਪਾਲੇ ਲਾ ਤਾਂ ਦੇ ਦੇ ਕੋਈ ਚੀਜ਼ ਜਿਹੜੀ ਚੀਜ਼ ਆਖਣਾ ਜਿੰਨੀ ਤੈਨੂੰ ਲੋੜ ਹੈ ਮੇਰੇ ਤੋਂ ਲੈ ਜਾ ਦੂਜੇ ਕੋਲੋਂ ਨਾ ਮੰਗਣ ਜਾਈ ਹਾਂਜੀ ਚੌਲ ਲੈ ਜਾ ਗੁੜ ਲੈ ਜਾ ਸ਼ੱਕਰ ਲੈ ਜਾ ਉਦੋਂ ਇਹ ਹੀ ਬਾਤ ਤਾਂ ਪਰ ਸਾਨੂੰ ਤੇ ਕੋਈ ਨਹੀਂ ਚੀਜ਼ ਇਹ ਤੇ ਕਦੀ ਕਿਰੇ ਮਿਲਦੀ ਸੀ ਘਾਟਾਂ ਤੇ ਉਹ ਵੀ ਮਾਰਿਆਂ ਨੂੰ ਨਹੀਂ ਛੱਡ ਦਿੰਦੇ ਉਹ ਫਲਾਣੇ ਦੀ ਕੁੜੀ ਦਾ ਵਿਆਹ ਉਹ ਫਲਾਣੇ ਦਾ ਵਿਆਹ ਹੋ ਜਾ ਉਹ ਫਿਰ ਆਖਣਾ ਨਹੀਂ ਚੱਲਾਂ ਚਲੋ ਠੀਕ ਇਹ ਹਿੰਦੂਆਂ ਦਾ ਕੋਈ ਕੋਈ ਆਪਣਾ ਮਜ਼ਬੀ ਜਿੱਥੇ ਆਪਣਾ ਕੋਈ ਕਰਦੇ ਹੋਣਗੇ ਉਹ ਆਪਣੇ ਮੰਦਰ ਲਾ ਲਓ ਜਾਂ ਕੋਈ ਨਹੀਂ ਇੱਥੇ ਕੋਈ ਮੰਦਰ ਨਹੀਂ ਮਾਤਾ ਰਾਣੀ ਵਗੈਰਾ ਕੋਈ ਨਹੀਂ ਸੀ ਉਹਨਾਂ ਦਾ ਨਹੀਂ ਅੱਛਾ ਅੱਛਾ ਘਰਾਂ 'ਚ ਕਰਦੇ ਆਪਣੇ ਆਪਣੇ ਘਰਾਂ ਅੱਛਾ ਅੱਛਾ ਇੱਥੇ ਕੋਈ ਨਹਾਉਣਾ ਆਪਣਾ ਹਾਊਸ ਵਗੈਰਾ ਵੀ ਨਹੀਂ ਬਣਾਇਆ ਉਹ ਛੱਪੜ ਜਾਂ ਕੋਈ ਆਪਸ ਨਹੀਂ ਨਹੀਂ ਕੋਈ ਸ਼ਾਇਦ ਆਂਦੇ ਨੇ ਵੀ ਬੰਦੇ ਸਾਰਾ ਆ ਕੇ ਤੇ ਦੁਕਾਨਾਂ ਪਾ ਕੇ ਬੋਲੋ ਜੀ ਫਿਰ ਪੱਕੇ ਜੋ ਇੱਥੇ ਰਹਿੰਦੇ ਸੋ ਹਾਂਜੀ ਸਾਰੇ ਮਤਲਬ ਤੇ ਕੋਈ ਮੜ ਮੜ ਕੇ ਲੜਾਈ ਹੋਈ ਹੋਈ ਮਜ਼ਬ ਬੱਲੇ ਬੱਲੇ ਮਜ਼ਬ ਤੋਂ ਹੋ ਗਈ ਹੋਈ ਜਾਂ ਕੋਈ ਹੋਈ ਸੀ ਲੜਾਈ ਉਹਨਾਂ ਕਈ ਲੜਾਈਆਂ ਬੜੇ ਵੱਟ ਫੱਟ ਇਹ ਕੋ ਗੱਲ ਸੁਣਾਉ ਨਾ ਕਿਵੇਂ ਹੋਈ ਲੜਾਈ ਕਿੰਨਾ ਨਾ ਹੋਈ ਲੜਾਈ ਕੀ ਆ ਕਿੱਥੇ ਲੜ ਪਏ ਅੱਛਾ ਅੱਛਾ ਉਹ ਜਿਹੜਾ ਤੈਨੂੰ ਇੱਕ ਬੰਦਾ ਦੱਸਿਆ ਨਾ ਅਮਰ ਸਿੰਘ ਬਲਾ ਇੱਧਰ ਇੱਕ ਘਰ ਸੀ ਉਸ ਦੇ ਪੱਲੇ ਮਾਰ ਅੱਛਾ ਉਹਨਾਂ ਦੇ ਘਰ ਪ੍ਰਾਹੁਣਾ ਆਇਆ ਸੀ ਇੱਕ ਮੇਰੇ ਤਰ੍ਹਾਂ ਮਰਿਆ ਜਾ ਅੱਛਾ ਉਹ ਮੁੰਡੇ ਜਿਹੜੇ ਸਾਡੇ ਉਸ ਨਿਆਰਿਆਂ ਦੀ ਦੁਕਾਨ 'ਚ ਬੈਠੇ ਅੱਛਾ ਅੱਛਾ ਤੁਹਾਡੇ ਦਾਦੇ ਨੂੰ ਮਾਰ ਗਿਆ ਉਮਰੂ ਉਹਨਾਂ ਫੜਿਆ ਉਹਨੂੰ ਮਾਰਿਆ ਉਹਨੂੰ ਸਾਡੀ ਨਹੀਂ ਸੀ ਲੱਗਦੀ ਜਿਹੜੇ ਜਵਾਨ ਸੀ ਤਗੜਾ ਮੋਟਾ ਮੋਟਾ ਫਿੱਟਿਆ ਸੀ ਉਹ ਕੁਪੜੀ ਚੱਪੜੇ ਅੰਮਾ ਜੀ ਰੂੜੀਆਂ ਤੋਂ ਫੜ ਕੇ ਲਿਜਾ ਕੇ ਖਾ ਲੈ ਐਸਾ ਬਾਤ ਸੀ ਉਹਨੇ ਫਿਰ ਜਾ ਕੇ ਦੱਸਿਆ ਇਹ ਪੱਤੀ ਉਹਨਾਂ ਦੀ ਸੀ ਨੰਬਰਾਂ ਦੀ ਅੱਛਾ ਅੱਛਾ ਤੇ ਇਹ ਵੱਡਾ ਜੱਗਾ ਸੀ ਉਸ ਆਖਿਆ ਮੈਨੂੰ ਤੇ ਪਾ ਕੇ ਮਾਰਿਆ ਉਹ ਫਿਰ ਇੱਥੇ ਬਹਿ ਗਏ ਨੱਥਰਾ ਬੰਦੇ ਆਣ ਕੇ ਆਖਿਆ ਮੁੰਡੇ ਦੋ ਉਹਨਾਂ ਦੇ ਸਨ ਉਹ ਆਖਿਆ ਨੰਨੂ ਭਾਈ ਬਾਹਰ ਨਾ ਜਾਇਆ ਜੀ ਕਿਉਂ ਨੰਬਰ ਤੁਹਾਡਾ ਥਰਾ ਬਹਿ ਗਿਆ ਗੁਰਦੁਆਰੇ ਉੱਥੋਂ ਉਹਨਾਂ ਲੰਘ ਕੇ ਜਾਣਾ ਸੀ ਉਹਨੇ ਆਖਿਆ ਯਾਰ ਨੰਬਰ ਥਰਾ ਬੰਦ ਨਹੀਂ ਬਹਿ ਗਿਆ ਅਸਾਂ ਬੰਦੇ ਨਹੀਂ ਜਾਣਾ ਇੱਕ ਦੇ ਪੰਜ ਛੇ ਸਨ ਤੇ ਇੱਕ ਦਾ ਇੱਕੋ ਸੀ ਉਸ ਆਖਿਆ ਨੰਨੂ ਦੁਨੀਆਂ ਉਦੋਂ ਸੁੱਤੀਆਂ ਪਾਉਂਦੇ ਥੱਲਾ ਉਹਦੀ ਘੜੀ ਮੁੜੀ ਤਿਲਕ ਤਿਲਕ ਕੇ ਥੱਲੇ ਉਸ ਕਿਹਾ ਕੁਸਾ ਹੀ ਆਉਣ ਇਹਨੂੰ ਤਗੜੀ ਕਰਕੇ ਪਾ ਲਾ ਜਿਸਲੇ ਇੱਥੋਂ ਆਈ ਨਿਕਲੇ ਤੇ ਅੱਗੋਂ ਉਹਨਾਂ ਖਿਆਲ ਆ ਵੀ ਪਾ ਇੱਕ ਬੂਹਾ ਇੱਧਰ ਸੀ ਵੱਡਾ ਗੁਰਦੁਆਰਾ ਜਾਂ ਤੇ ਇੱਕ ਇਸ ਪਾਸੇ ਅੱਛਾ ਦੋ ਦਰਵਾਜ਼ੇ ਲੱਗੇ ਦੋ ਦਰਵਾਜ਼ੇ ਉਹਨੂੰ ਤੇ ਫਿਰ ਨੰਨੂ ਜਿਹੜਾ ਸੀ ਉਹਨੂੰ ਤੇ ਆਹ ਵਧੀ ਨਾ ਪਹਾੜੀ ਤੋਂ ਲੱਗ ਗਿਆ ਜੀ ਥੱਲੇ ਉਹ ਫਿਰ ਉੱਤੋਂ ਜਾਂ ਛੋਟੇ ਚੱਲਦਾ ਰਿਹਾ ਬੜੇ ਛੋਟੇ ਚੱਲੇ ਹੁੰਦੇ ਹੱਥ ਚ ਫਿਰ ਉਹ ਫਿਰ ਉੱਠਿਆ ਸਿਰ ਦੀ ਕਮਾਨ ਉਹਨੇ ਚੇਲੋ ਇੱਧਰੋਂ ਇੱਕ ਬਾਬਾ ਉੱਠਿਆ ਉਹ ਫਿਰ ਉਹ ਹਰਤੀ ਆਇਆ ਫਾਦੋ ਉਹ ਉਹ ਲੰਬਰ ਦੇ ਤੇਰ ਦੇ ਮਾਰੀ ਰੁਪਕਾ ਜਿਹੜਾ ਉਹ ਤੋਂ ਮੁੰਦਾ ਲੜਾਈ ਖਤਮ ਹੋ ਉਹ ਲੜਾਈਆਂ ਡਾਂਗੇ ਛੋਟਾ ਦੀਆਂ ਹਾਂ ਉਹਦਾ ਨਹੀਂ ਨਾ ਸੋਲ ਆ ਨਹੀਂ ਆ ਤੇਰਾ ਹੱਥ ਕੋਈ ਮਾਰਨ ਵਾਲੇ ਨਹੀਂ ਸੀ ਗਾ ਹਾਂਜੀ ਸ਼ਰੀਕ ਨੂੰ ਆਦੇ ਮਾਰ ਕੇ ਕੀ ਲੈਣਾ ਕੋਈ ਲੜਦੇ ਰਹੋ
ਮਾਰੇ ਤੇ ਖੇਲ। ਅੱਛਾ ਬਾਬਾ ਜੀ, ਤੁਹਾਡਾ ਗੁਆਂਢੀ ਕੋਣ ਸੀ, ਸਿੱਖ ਜਾਂ ਹਿੰਦੂ ਦਾ ਤੁਹਾਡੇ ਘਰ ਦੇ ਲਾਗੇ ਘਰ? ਨਹੀਂ ਨਹੀਂ, ਸਾਡੇ ਇਹ ਸਾਡਾ ਮਹੱਲਾ ਆਪਣਾ ਹੀ ਸੀ, ਅਸੀਂ ਪੰਜਾਂ ਦੀ ਲਾਜ ਹਾਂ, ਪੰਜ ਭਰਾ ਸਨ, ਪੰਜਾਂ ਦੀ ਲਾਜ ਹੈ। ਹੁਣ ਤੇ ਸਾਰੇ ਪਾਠ ਪੂਟ ਕੇ ਕੁੱਤੇ ਦੇ ਟੁੱਟ ਗਿਆ। ਅੱਛਾ, ਇਹ ਜਿਹੜੇ ਸਿੱਖ ਹਿੰਦੂ ਸਨ ਪਿੰਡ ਦੇ, ਹਾਂਜੀ, ਇਹ ਵੰਡਵੇ ਸਾ ਕੋਈ ਇੱਕ ਘਰ ਉੱਧਰ ਉੱਧਰ ਕੇ ਮਹੱਲੇ ਸੀ? ਨਹੀਂ ਨਹੀਂ, ਵੰਡਵੇ ਵੰਡਵੇ ਹਰ ਰਲ ਇੱਕ ਇੱਥੇ ਦੁਕਾਨ, ਇੱਕ ਦੇ ਉੱਤੇ ਦੁਕਾਨ, ਘਰ ਵੀ ਇੰਜ ਸਨ ਇਸ ਰਹੇ। ਥੋੜੇ ਸਟੋਰੀ ਸਾਨੂੰ ਸੁਣਾਓ, ਜਦੋਂ ਸੰਤਾਲੀ ਦਾ ਵਾਪਰਿਆ ਹੋਇਆ ਟਾਈਮ, ਕਿਸ ਟਾਈਮ ਨਿਕਲੇ ਪਿੰਡ, ਉਹਨਾਂ ਕੀ ਕੁਝ ਲਿਆ, ਪਿੰਡ ਦੇ ਉਹਨਾਂ ਨੂੰ ਮਾਰਿਆ, ਲਾਮ ਦੇ ਉਹਨਾਂ ਨੂੰ ਪਏ ਹੋਣ, ਪਿੰਡ ਵਿੱਚ ਵਰਤੋਂ ਕੋਈ ਹੋਵੇ, ਮਸਜਿਦਾਂ ਨੂੰ ਅੱਗ ਲੱਗੀ ਹੋਵੇ, ਗੁਰਦੁਆਰੇ ਨੂੰ ਲੱਗੀ, ਕੋਈ ਐਵੇਂ ਦੀ ਗੱਲ ਸੁਣਾਓ ਕੀ ਹੋਇਆ? ਇਹ ਸੀ, ਹਾਂਜੀ, ਭਈ ਸਾਡਿਆਂ ਵੱਡਿਆਂ ਨੂੰ ਸੱਦ ਕੇ ਨਾ ਸਿੱਖਾਂ ਨੇ। ਅੱਛਾ, ਉਹਨਾਂ ਆਖਿਆ ਮਾਲਕ ਜੀ ਤੁਹਾਡਾ ਜਸਾ ਪਵੇ ਤੂੰ ਸਾਡੇ ਡੱਕਣਾ। ਅੱਛਾ, ਸਾਡਾ ਜਸਾ ਪਵੇ ਅਸੀਂ ਡੱਕਾਂਗੇ, ਸਾਡੇ ਗੜਬੜ ਨਹੀਂ ਹੋਣੀ ਚਾਹੀਦੀ, ਕਿਉਂ ਸਾਡੇ ਖਲਿਆਂ ਤੁਹਾਨੂੰ ਕੁਮਾਰ ਕੱਤੇ, ਸਾਡਾ ਜਿਉਣਾ ਕੋਈ ਨਹੀਂ, ਤੇ ਤੁਹਾਡੀ ਮਰਜ਼ੀ, ਤੁਸੀਂ ਤੁਹਾਨੂੰ ਮਾਰ ਲਓ, ਅਸਾਂ ਤੁਹਾਨੂੰ ਕਿਉਂ ਮਾਰ, ਰਲ ਕੇ ਇਕੱਠੇ ਬਸਾਂ ਜੀ। ਉਹ ਫਿਰ ਇੱਧਰ ਨਾ ਤੇ ਕੁੱਠਿਆ ਨਾ ਪਠਾਵਣ, ਤੇ ਨਾਲ ਉਹਦੇ ਡਾਂਗੂ ਉੱਥੇ, ਉਹਨਾਂ ਫਿਰ ਇੱਧਰੋਂ ਨਾ ਸੱਤ ਚੱਕ ਲਓ, ਨੌ ਚੱਕ ਲਓ, ਬੀਬੀਆਂ ਦੇ ਥਾਨ ਵੱਡੇ ਤੇ ਵੱਡੀਆਂ ਟੁੱਟੀਆਂ, ਉਹ ਇੱਥੇ ਆ ਖੜੇ, ਉਹਨਾਂ ਆਖਿਆ ਛੇਤੀ ਕਰੋ ਇਹਨਾਂ ਦਾ ਟੁੱਕਣ ਦਾ ਪਾਣੀ, ਕਿਸੇ ਨੇ ਉਹਨਾਂ ਆਖਿਆ ਵੀ ਭੁਗਤ ਮੁਸਲੇ ਲੈ ਕੇ ਬੈਠੇ ਨੇ, ਉਹਨਾਂ ਆਖਿਆ ਸਰਦਾਰ ਜੀ ਚਲੋ ਅਸੀਂ ਵੀ ਚੱਲੇ ਹਾਂ, ਚਲੋ ਲੜਕਾਣੇ ਚਲੇ ਜਾ ਝੂਠਾ, ਉਹ ਜੀ ਉਹ ਵੀ ਚਲੇ ਗਏ, ਮਗਰ ਉਹ ਵੀ ਟੁੱਟ ਗਏ, ਕੋਈ ਇੱਥੇ ਕੋਈ ਗੜਬੜ ਨਹੀਂ ਹੋਈ, ਕੋਈ ਕਿੱਸਾ ਨਹੀਂ ਹੋਇਆ, ਇੱਥੋਂ ਅਮਨ ਚੈਨ ਨਾਲ ਨਿਕਲ ਗਏ ਨੇ, ਨਿਕਲੇ ਦਿਨੇ ਨੇ ਬਲਾ, ਇਹ ਬੰਦਿਆਂ ਇੱਕ ਦੋ ਸ਼ਰਾਰਤਾਂ ਕੀਤੀਆਂ ਸਨ, ਉਹਨਾਂ ਦੇ ਮਗਰ ਪਹੁੰਚਦੇ ਰਹੇ ਸੀ, ਉਹ ਇੱਥੇ ਨਹੀਂ ਆਏ, ਉਹਨਾਂ ਦੇ ਦਿਨ ਸਭ ਚੰਗੇ, ਉਹਨਾਂ ਦਾ ਵਕਤ ਚੰਗਾ ਸੀ, ਤੇ ਉਹ ਨਹੀਂ ਉਹਨਾਂ ਦੇ ਕਾਬੂ ਨਹੀਂ ਆਏ। ਬਾਬਾ ਜੀ ਆਪਣਾ ਕੋਲੂ ਨਹੀਂ ਸੀ ਹੁੰਦਾ ਤੇਲ ਵਾਲਾ? ਕੋਲੂ ਜੀ ਸਾਡਾ ਇੱਕ ਦਾਦਾ ਜਿਹੜਾ ਸੀ ਉਹ ਤੇਲ ਕਾ ਸੀ, ਮਾਲਿਕ ਸਾਹਿਬ ਚੌਧਰੀ ਸਾਹਿਬ, ਅਸੀਂ ਲਾੜੂ ਜੱਟ ਸਾਂ, ਜਦੋਂ ਹਕੂਮਤ ਅਕਬਰ ਬਾਦਸ਼ਾਹ ਦੀ ਆਈ ਹੈ ਨਾ, ਉਹਨੇ ਫਿਰ ਉਹ ਜ਼ਮੀਨ ਨੂੰ ਟੈਕਸ ਪਾ ਦਿੱਤਾ। ਅੱਛਾ, ਪਹਿਲੋਂ ਉਸਰਾ ਹੀ ਸੀ ਨਾ ਹੋਈ, ਉਹਨੇ ਫਿਰ ਟੈਕਸ ਪਾ ਦਿੱਤਾ, ਭਾਵੇਂ ਰੁਪਈਆ ਹੀ ਪਾਇਆ ਜਾ, ਪੈਸਾ ਤੇ ਲੱਭਦਾ ਨਹੀਂ ਸੀ, ਉਹ ਇੱਕ ਦੋ ਕਿਸ਼ਤਾਂ ਉਹਨਾਂ ਚਾਲੀ ਮਰੱਬੇ ਜ਼ਮੀਨ ਸੀ, ਅਖੀਰ ਉਹਨਾਂ ਆਖਿਆ ਸੀ ਆਹ ਮਾਲ ਤੁਹਾਡੇ ਕੋਲ, ਇੱਥੇ ਦੇ ਕੇ ਤੇ ਅਸੀਂ ਮਗਰ ਚੜਾਂਗੇ, ਉਹ ਫਿਰ ਇੱਥੇ ਆ ਗਏ। ਫਿਰ ਮੇਰਾ ਬਾਪ ਜਦੋਂ ਉਹ ਵੀ ਯਕੀਨ ਨਹੀਂ ਪੜਿਆ, ਜਦੋਂ ਉਹਨੇ ਸੁੱਧ ਬੁੱਧ ਸੰਭਲੀ ਨਾ, ਤੇ ਉਹ ਫਿਰ ਚਾਚਿਆਂ ਨੂੰ ਆਖਿਆ ਵੀ ਚਲੋ, ਉੱਥੇ ਇੱਕ ਖੱਤਰੀ ਖੂਹ ਸੀ, ਉੱਥੇ ਸਾਡੇ ਵੱਡੇ ਦੀ ਇੱਟ ਲੱਗੀ ਸੀ, ਖੱਤਰੀ ਨੂੰ ਪੁੱਛਿਆ ਹਾਂ ਵੀ ਲਾਲਾ ਇਹ ਤੂੰ ਕਿਵੇਂ ਖੂਹ ਲਿਆ, ਤੇਰੇ ਤੂੰ ਕਿਵੇਂ ਆ ਗਿਆ? ਉਹਨੇ ਆਖਿਆ ਜੀ ਡੇਢ ਮਾਰ ਕੇ ਜਾਓ, ਤੇ ਡੂਢ ਮਾਰ ਮੇਰੇ ਤੋਂ ਲੈ ਮੁੜ ਕੇ, ਉਹਨਾਂ ਦਾ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਉਹ ਕਿੱਧਰ ਗਏ ਨੇ, ਤੇ ਮੈਂ ਉਹਦੇ ਦਾ ਕਾਬਜ, ਉਹ ਫਿਰ ਇੰਨੀ ਕਰਦੇ ਕੁਰਦੇ ਉਹੀ ਸੌਤ ਹੋ ਗਿਆ, ਮਗਰ ਉਸ ਨੇ ਕਿਸੇ ਕੀਤਾ ਹੀ ਨਾ। ਉਂਝ ਪਿੰਡ ਚ ਕੋਲੂ ਹੁੰਦਾ ਸੀ ਕਿਸੇ ਦਾ? ਇੱਥੇ ਪਿੰਡ ਚ? ਹਾਂਜੀ। ਅੱਛਾ, ਲਾਈ ਰੱਖਿਆ? ਹਾਂ, ਦੋ ਸਨ, ਇੱਕ ਉੱਪਰੋਂ ਸਿਰਕ ਦੇ ਨਾਲ ਉਹਦਾ ਸੀ, ਉਹ ਵੀ ਦਾਦਾ ਸੀ ਮੇਰਾ। ਅੱਛਾ, ਕੀ ਸੀ ਨਾਂ ਉਹਦਾ? ਇੱਕ ਇਹ ਦੇ ਨਾਂ ਸੀ ਚਿਰਾਗ, ਚਿਰਾਗ ਬਾਬਾ ਚਿਰਾਗ। ਅੱਛਾ, ਹਾਂਜੀ।
ਦੋ ਕੁੱਲ ਹੋ ਤੁਹਾਡੇ ਹਾਂ ਹਾਂ ਦੋ ਕੁੱਲ ਅਗੇ ਟਕਾ ਜੋ ਜਿਹੜਾ ਹਾਂ ਜੀ ਕੁੱਲੋ ਘੁੰਮਦਾ ਰਹਿੰਦੇ ਅਲਵਰ ਦੇ ਹਾਂ ਜੀ ਸਹੀ ਬਜ਼ੁਰਗ ਤੁਹਾਡੇ ਪਿੰਡ ਦੇ ਫਿਰ ਗਏ ਤੋਂ ਸੱਚੇ ਸੋਧੇ ਨੂੰ ਗਏ ਨੇ ਪਿੰਡ ਦੇ ਸਿੱਖ ਸੱਚੇ ਸੋਧੇ ਕੈਂਪ ਚ ਗਏ ਹਾਂ ਜੀ ਸੱਚੇ ਸੋਧੇ ਜਦੋਂ 47 ਤੋਂ ਪਹਿਲਾਂ ਚਲੇ ਗਏ ਨੇ ਇਥੋਂ ਸਿੱਖ 47 ਤੋਂ ਬਾਅਦ ਕੋ ਆਪਣਾ ਪਿੰਡ ਵੇਖਣ ਆਇਆ ਇੱਥੇ ਪਿੰਡ ਸਿੱਖ ਆਏ ਨੇ ਦੋ ਆਏ ਨੇ ਉਹ ਜੈ ਜੱਬਰ ਤੇ ਦੱਸ ਨਾ ਅੱਛਾ ਆਏ ਨੇ ਉਹ ਦੋ ਵਿੱਚ ਨਹੀਂ ਭਰਾ ਆਏ ਸਿਰ ਉਹ ਚਿਰਾਗ ਸਿੰਘ ਕੀ ਕਹਿੰਦੇ ਨਹੀਂ ਆ ਜਿਹੜੇ ਸਨ ਕੇਰ ਸਿੰਘ ਕੇਰ ਸਿੰਘ ਅੱਛਾ ਇਹ ਆਏ ਨੇ ਹਾਂ ਉਹ ਆਉਂਦੇ ਸਨ ਪੈਲੀ ਸਾਨੂੰ ਦੇ ਲਈ ਪੈ ਗਈ ਸਭ ਕੁਝ ਬੰਦਾ ਹੈ ਆਹ ਬੰਦੇ ਨਹੀਂ ਲੱਭਦੇ ਸਵੇਰੇ ਉਹ ਆਉਂਦੇ ਨੇ ਉਹ ਸਾਡੇ ਬੂਹੇ ਅੱਗੇ ਆ ਕੇ ਚੁਕਾ ਦਿੰਦੇ ਨੇ ਪੱਲ ਕੱਢ ਪੰਜਾਬੀ ਕੱਢ ਫਿਰ ਫੁੱਕਾ ਮਾਰ ਆ ਕੇ ਦਿੱਤਾ ਅਸੀਂ ਤਾਂ ਜਾ ਪੜਿਆ ਤੇ ਹਲ ਪੰਜਾਬੀ ਪੜੀ ਤੇ ਗੱਲ ਪਾ ਲਈ ਪੰਜਾਬ ਮਿਲ ਕੇ ਗਏ ਤੁਹਾਨੂੰ ਜਦੋਂ ਆਏ ਦੋ ਤਿੰਨ ਹੀ ਆਏ ਨਹੀਂ ਤੁਹਾਨੂੰ ਮਿਲੇ ਆਣ ਕੇ ਬੜੇ ਚੁੱਕ ਮਿਲੇ ਬੜੇ ਚੁੱਕ ਮਿਲੇ ਉਹ ਪੁਰਾਣੀਆਂ ਗੱਲਾਂ ਫਿਰ ਕਰਦੇ ਰਹੇ ਬਹਿ ਕੇ ਹਾਂ ਅੱਛਾ ਬਾਬਾ ਜੀ ਟਾਈਮ ਉਹ ਸਹੀ ਹੁੰਦਾ ਹੀ ਕੌਣ ਦਾ ਨਹੀਂ ਜੀ ਉਹ ਸਹੀ ਸੀ ਕਿਵੇਂ ਕਰਕੇ ਫਰਕ ਦੱਸੋ ਨਾ ਉਹਦੇ ਵਿੱਚ ਇਹਦੇ ਵਿੱਚ ਕੀ ਫਰਕ ਹੈ ਉਹਦੇ ਵਿੱਚ ਇਹਦੇ ਵਿੱਚ ਬਹੁਤ ਚੁੱਕਾ ਹੀ ਫਰਕ ਹੈ ਥੋੜਾ ਕੁਝ ਗੱਲ ਕਰੋ ਨਾ ਥੋੜੀ ਮੈਂ ਕਿਹਾ ਉਦੋਂ ਇੱਕ ਨੂੰ ਆਵਾਜ਼ ਮਾਰਦੀ ਤੇ ਉਹਨੂੰ ਪਤਾ ਹੁੰਦਾ ਸੀ ਵੀ ਮਾੜਾ ਤੇ ਭੁੱਖਾ ਹੈ ਉਹਨੂੰ ਆਖਿਆ ਕੀ ਗੱਲ ਹੈ ਯਾਰ ਗੱਲ ਤੇ ਕੋਈ ਉਹ ਦੱਸ ਕੀ ਲੈਣਾ ਜੀ ਹੁਣ ਜਾ ਕੇ ਬੂਹੇ ਗਏ ਫਿਰ ਦੇਖ ਲੋ ਕਿਤੇ ਬੂਹਾ ਹੀ ਨਹੀਂ ਲੱਗ ਬੀਬੀਆਂ ਦਾ ਰਾਜ ਆ ਗਿਆ ਅੱਗੇ ਬੰਦਿਆਂ ਦਾ ਰਾਜ ਸੀ ਹੁਣ ਬੱਚਾ ਆ ਰਿਹਾ ਬੀਬੀਆਂ ਦਾ ਰਾਜ ਬੰਦਿਆਂ ਦੀ ਤਬੈਲ ਕੋਈ ਕੋਈ ਇੰਨਾ ਕੋਈ ਫਰਕ ਹੈ ਕਰੇ ਬੰਦਾ ਗੱਲ ਜਨਾਨੀ ਵਿੱਚ ਆਓ ਕਰੇ ਆਖਣਾ ਨਿਕਲ ਜਾ ਤੇਰੀ ਮਾਂ ਦੀ ਤੂੰ ਕੌਣ ਹੁਣ ਥੋੜਾ ਜਿਹਾ ਫਰਕ ਨਹੀਂ ਪਿਆ ਜਿਵੇਂ ਤੇ ਸਮਾਨ ਦਾ ਫਰਕ ਪੈ ਗਿਆ ਮਾੜਾ ਬੰਦਾ ਵੀ ਗੱਲ ਕਰਦਾ ਸੀ ਉਹਦੀ ਬੰਦੇ ਕਦਰ ਕਰਦੇ ਸਨ ਗੱਲ ਸੁਣਦੇ ਆ ਤੇ ਮਾੜਾ ਬੰਦਾ ਵੀ ਗੱਲ ਕਰਦਾ ਸੀ ਉਹਦੇ ਬੰਦੇ ਕਦਰ ਕਰਦੇ ਸਨ ਪਤਾ ਹੀ ਆ ਮਾੜਾ ਤੇਰੇ ਦੁੱਗੀ ਲੱਗੇ ਹੋਵੇ ਬਜ਼ੁਰਗੋ ਉਦੋਂ ਸ਼ਰਮ ਹਜ਼ਾ ਕਿਵੇਂ ਦੀ ਸੀ ਹੁਣ ਤੇ ਅਸੀਂ ਤੇ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਅਸੀਂ ਮੈਂ ਕੀ ਸਾਡੇ ਜਿਹੜੇ ਛੋਟੇ ਬੱਚੇ ਨੂੰ ਟਿਚਕਲਾਂ ਜੀ ਕਰਦੇ ਮਾਹੌਲ ਕਰਦੇ ਉਦੋਂ ਤੁਸੀਂ ਤੁਹਾਡਾ ਤੁਹਾਡੇ ਟਾਈਮ ਦੇ ਵਿੱਚ ਸ਼ਰਮ ਹਜ਼ਾ ਕਿਵੇਂ ਦੀ ਮੈਂ ਕਿਹਾ ਜੀ ਦੇਖ ਲੋ ਵੱਡੇ ਲੱਗੇ ਲੱਗੇ ਆਉਂਦੇ ਨੇ ਵੇਖ ਲੈਣਾ ਮੂਤਰ ਵੱਟ ਜਾਣਾ ਪੇ ਆਖੇਗਾ ਕੀ ਕਿੱਥੋਂ ਆਇਆ ਹਾਲਾਂਕਿ ਕੰਮ ਤੇ ਜਾਣਾ ਮਾਲ ਮਗਰ ਜਾਂ ਪੱਟੇ ਵੱਟਣ ਜਾਣਾ ਇੰਨਾ ਕੁਛ ਹੁਣ ਪਿਓ ਇੱਥੇ ਜਸਰਾਜ ਚਮੋਈ ਲਈ ਉਹ ਟਾਈਮ ਜਿਹੜਾ ਸੀ ਨਾ ਉਹ ਬੜਾ ਠੀਕ ਸੀ ਧੀਆਂ ਭੈਣਾਂ ਦਾ ਕਿਵੇਂ ਦਾ ਸੀ ਬੱਲੇ ਬੱਲੇ ਆਹਦਾ ਇੱਕ ਹੀ ਆ ਸਰਦਾਰ ਦਾ ਵੀ ਉਹ ਫੁੱਲ ਧੀ ਦਾ ਗਰੀਬ ਦਾ ਵੀ ਜਿਹਦੀ ਧੀ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਧੀ ਸਾਰੇ ਪਿੰਡ ਲੱਖ ਇਹ ਨਹੀਂ ਸੀ ਆਇਆ ਇਹ ਗਰੀਬ ਨਾ ਨਾ ਉਹ ਟਾਈਮ ਚੇਤੇ ਆਉਂਦੇ ਬਜ਼ੁਰਗ ਕੀ ਕਰੀਏ ਚੇਤੇ ਕਰ ਚਲੋ ਪੱਲੇ ਕੁਝ ਨਹੀਂ ਪਿਆ ਨਹੀਂ ਵਕਤ ਉਹ ਯਾਦ ਆ ਜਾਂਦਾ ਜਿਵੇਂ ਹੁਣ ਤੁਹਾਨੂੰ ਠੋਕਰਾਂ ਵੱਜਦੀਆਂ ਬਜ਼ੁਰਗਾਂ ਚੇਤਾ ਦੇ ਆਉਂਦੇ ਨਾ ਪਹਿਲਾ ਵਕਤ ਕਿ ਉਹ ਮੈਂ ਨਾ ਜੀ ਉਹ ਕੋਲ ਹਰ ਮੇਰੇ ਹਰ ਮੇਰੇ ਯਾਦ ਜੇ ਕਿਸੇ ਨੂੰ ਲੱਸੀ ਲੈਣ ਗਏ ਆ ਉਹਨੇ ਲੱਸੀ ਦਿੱਤੀ ਨਾਲ ਹੀ ਨਾ ਵੱਖ ਦਿੱਤਾ ਇੰਜੀ ਓਏ ਜਾਓ ਕਿ ਕਿਸੇ ਦੇ ਕਰੋ ਸਰਦਾਰ ਦੇ ਕਰੋ ਜਾ ਕੇ ਲੱਸੀ ਤੇ ਪੁੱਛੋ ਉਹਦੇ ਨੂੰ ਹੁੰਦੀ ਕੀ ਨਾਲ ਹੀ ਨਾ ਮੱਖਣ ਦੇਣਾ ਜਾਂ ਬੱਚਿਆਂ ਨੂੰ ਰੋਟੀ ਚੁੱਪ ਉਹਨਾਂ ਸਿਰਫ ਇਹ ਬਿਮਾਰੀ ਪਈ ਜਿਹੜਾ ਉਹਨਾਂ ਕਲਮਾ ਨਹੀਂ ਭਰਿਆ ਅੱਛਾ ਬਾਬਾ ਜੀ
ਅਕਸਰ ਵੀਡੀਓ ਵਿੱਚ ਨਾ ਮੈਂ ਅਕਸਰ ਹੀ ਅਸੀਂ ਵੀਡੀਓ ਬਣਾਉਂਦੇ ਰਹਿੰਦੇ ਹਾਂ। ਹਾਂਜੀ ਅਸੀਂ ਹਰ ਜ਼ਿਲ੍ਹੇ ਵਿੱਚ ਜਾਂਦੇ ਬੜੀ ਦੂਰ ਤੱਕ ਕਵਰ ਇਹ ਕਰਨੇ ਆ, ਅਸੀਂ ਬਾਬਿਆਂ ਨੂੰ ਤੁਹਾਡੇ ਵੱਲ ਸੁਣਾਉਂਦੇ ਆਪਣੇ ਜ਼ਿਲ੍ਹੇ 'ਚ ਨਹੀਂ, ਹਾਂਜੀ ਬੜੀ ਦੂਰ ਤੱਕ ਜਾਂਦੇ ਹਾਂ। ਮੈਂ ਬਾਬਿਆਂ ਨੂੰ ਅਕਸਰ ਇਹ ਪੁੱਛਣਾ ਹੁੰਦਾ ਕਿ ਜਦੋਂ ਅਸੀਂ ਸਵਾਲ ਕਰਦੇ ਹੁੰਦੇ ਹਾਂ ਨਾ, ਤਾਂ ਬਾਬੇ ਕਹਿੰਦੇ ਨੇ ਕਿ ਸਿੱਖ ਜਿਹੜੇ ਨੇ ਹੁਣ ਦੇ ਮੁਸਲਮਾਨ ਚੰਗੇ ਸਨ। ਬੇਸ਼ੱਕ ਅਕਸਰ 99% ਇਹ ਸਾਨੂੰ ਕਹਿੰਦੇ, ਤੇ ਮੈਂ ਵੀ ਕਨਫਿਊਜ਼ ਜਿਹਾ ਹੋ ਜਾਂਦਾ ਕਿ ਯਾਰ ਕਿਵੇਂ ਚੰਗੇ ਸਨ ਇੱਕ ਮੁਸਲਮਾਨ, ਉਹ ਕਿਵੇਂ ਚੰਗੇ ਸਨ। ਮੈਂ ਕਿਹਾ ਚੰਗੇ ਉਹ ਬਹੁਤ ਸਨ, ਸਿਰਫ ਨਕਲ ਵਾਲੇ ਚੰਗਾ ਗਰੀਬ ਦਾ ਸਾਥ ਕਰਦੇ ਸਨ, ਗਰੀਬ ਦੀ ਧੀ ਭੈਣ ਨੂੰ ਵੇਖ ਕੇ ਗੱਲ ਕਰਦੇ ਸਨ, ਇਹਨੂੰ ਠਾਹ ਮੇਰੇ ਕੋਲ ਲੈ ਲਾ ਪੈਸੇ ਲੈ ਲਾ ਤੈਨੂੰ ਬਾਲਣ ਚਾਹੀਦਾ ਕੋਈ ਸ਼ਾਇਦ ਜ਼ਰੂਰਤ। ਮੈਂ ਕਿਹਾ ਜੀ ਉਹ ਬਾਲ ਲੈ ਲਾ, ਉਹ ਜਿੱਥੋਂ ਮਰਜ਼ੀ ਵੱਡ ਪੱਟ ਲੈ, ਪੁੱਛਣਾ ਹੀ ਨਹੀਂ ਅੱਗੇ ਪੁੱਛਣਾ, ਕਿਆ ਆਖਣਾ ਬੱਚੀ ਦਾ ਪਿਆ ਆਖਣਾ ਤੇ ਕਾਹਦੇ ਚਲ ਜਾਏਗਾ, ਹੋਰ ਕੁਛ ਅਲਾਵਾ ਗੱਲਾਂ ਤੇ ਕਰ ਲਾ ਗੱਡੇ ਚਲਾ ਲਾਇਆ। ਹੁਣ ਤੇ ਭਰਾ ਭਰਾ ਲਾ ਕੇ ਭੁੱਖਾ ਮਰਦੇ ਨੂੰ ਪੁੱਛਦਾ ਨਹੀਂ ਕੋਈ ਤੇਰਾ ਕੁਛ ਹੈ ਪੱਕੀ। ਮੈਂ ਕਿਹਾ ਜੀ ਉਹਦੇ ਚ ਇਹ ਕਰਦਾ ਹੀ ਕੁਝ, ਇਹ ਨਹੀਂ ਭੇਜੇ ਬਖਤ ਮਾਰੇ ਨੇ ਨਹੀਂ ਆਉਂਦੇ ਨੇ ਕਰਦਾ ਹੀ ਵੇਲਾ ਤੂੰ ਕਰਦਾ ਨੀ ਕੋਈ ਮਰਨ ਦੇ ਪਸਾਰ ਇੰਜ ਹੀ ਬਜ਼ੁਰਗ ਜਿੰਨੇ ਬਜ਼ੁਰਗ ਕੋ ਸੁਣਿਆ ਉਹ ਬਸ ਇਹ ਵਿਚਾਰੇ ਕਰ ਕਰਕੇ ਆਪਣੀ ਗੱਲਾਂ ਇਮੋਸ਼ਨਲ ਹੋ ਜਾਂਦੇ ਸਾਨੂੰ ਵੀ ਕਰ ਦਿੰਦੇ ਨਾਲ ਕਿਵੇਂ ਦਾ ਵਕਤ ਸੱਚੇ ਮਜ਼ੀਦ ਤਾਂ ਨਹੀਂ ਕਿਵੇਂ ਦਾ ਕੋਈ ਗੱਲ ਤੁਸੀਂ ਤਿਆਜ ਇੱਕ ਬੜੀ ਦੂਰੋਂ ਚੱਲ ਕੇ ਹਾਂਜੀ ਮੈਂ ਤੁਹਾਨੂੰ ਗਲਤ ਗੱਲਾਂ ਕਰੀ ਜਾਂ ਕੋਈ ਫਾਇਦਾ ਨਹੀਂ ਨਹੀਂ ਬਜ਼ੁਰਗੋ ਗਲਤ ਕਿਵੇਂ ਹੋ ਸਕਦਾ ਸਾਡੇ ਵਡੇਰੇ ਝੂਠ ਕਿਤੇ ਬੋਲ ਸਕਦੇ ਨਹੀਂ ਹਾਂਜੀ ਉਹਦੇ ਚ ਹਾਂਜੀ ਅੱਖੀਆਂ ਗੱਲਾਂ ਤੁਸੀਂ ਅੱਖੀ ਵੇਖੀ ਗੱਲ ਕਰੋ ਹਾਂਜੀ ਹਾਂਜੀ ਬਿਲਕੁਲ ਜਿਹਦਾ ਪਤਾ ਲੱਗੇ ਹਾਂਜੀ ਹਾਂਜੀ ਤੇ ਆ ਹੋਈ ਸੀ ਆ ਕੀਤੀ ਸੀ ਤੇ ਜਿਹੜਾ ਐਵੇਂ ਕਿਸੇ ਤੇ ਜੋ ਸਾਡੇ ਨਾਲ ਸਾਥ ਕਰਦੇ ਸਨ ਬੜਾ ਸਾਡੇ ਨਾਲ ਬੜਾ ਚੋਖਾ ਕਰਦੇ ਸਨ ਗਰੀਬ ਵੇਖ ਕੇ ਆ ਇਹ ਐਡੀ ਗੱਲ ਵੀ ਨਹੀਂ ਸੀ ਹੈ ਗਰੀਬੀ ਵਾਲੀ ਭਾਈ ਆਖਣਾ ਤੀ ਆ ਜਦੋਂ ਅੱਗ ਬਲਦੀ ਤੂੰ ਪੰਜ ਕਿਤਾ ਦੇ ਕੇ ਕਲੇ ਹੁੰਦੇ ਇਹ ਸਾਡੇ ਤੋਂ ਸਾਲ ਨਹੀਂ ਇਹਨਾਂ ਦੇ ਆਸਰੇ ਸੀ ਫਿਲਹਾਲ ਜਨਮ ਦੇ ਇਹਨਾਂ ਦੇ ਆਸਰੇ ਅਸੀਂ ਬੈਠੇ ਹਾਂ ਹੁਣ ਤਾਂ ਦਿਲ ਹੀ ਚਾਕ ਲੈ ਬੰਦੇ ਬੜੇ ਬੜੇ ਜਾਪ ਹਰ ਧਰਮ ਜੀ ਨਾਲੇ ਬਜ਼ੁਰਗੋ ਚੰਗੇ ਮਾੜੇ ਹੁੰਦੇ ਨੇ ਸਿੱਖਾਂ ਵਿੱਚ ਵੀ ਅਜੇ ਭੈੜੇ ਹੈ ਨੇ ਮੁਸਲਮਾਨ ਵਿੱਚ ਬੜੇ ਹੈ ਚੰਗੇ ਚੰਗੇ ਬੜੇ ਨੇ ਇੱਕ ਘਰ ਵਿੱਚ ਨਹੀਂ ਸਾਰੇ ਇੱਕੋ ਜਿਹੇ ਹੁੰਦੇ ਇੱਕ ਘਰ ਦੇ ਪਿਓ ਦੇ ਪੰਜ ਬੱਚੇ ਉਹਨਾਂ ਚਾਰ ਅੱਛੇ ਹੁੰਦੇ ਇੱਕ ਦਿਲ ਗੇਟ ਗੇਟ ਚੋਰ ਨਿਕਲ ਆਏ ਉਹਦੀ ਵਾਇਦ ਮਾਂ ਪਿਓ ਨੂੰ ਗਾਲਾਂ ਸਾਰੇ ਭੈਣ ਭਾਵ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਗਾਲਾਂ ਕਿੰਨੇ ਮਾੜੇ ਨੇ ਸਾਰੇ ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਤੁਹਾਨੂੰ ਇੰਨਾ ਖਪਾਇਆ ਸਾਨੂੰ ਜਿਹੜੇ ਪੁਰਾਣੇ ਵਕਤ ਸਾਨੂੰ ਯਾਦ ਕਰਿਆ ਸਾਡੇ ਸਾਰੇ ਆਪਣਾ ਮੈਂ ਕਿਹਾ ਜੀ ਜਿਹੜੇ ਸਰਦਾਰ ਕਹਿੰਦੇ ਤੁਸੀਂ ਗੱਲਾਂ ਸਾਨੂੰ ਸੁਣਾਈਆਂ ਤੁਹਾਡੀ ਬੜੀ ਮਿਹਰਬਾਨੀ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੈਗੇ ਆ ਨਜ਼ਰੇ ਅਗਰ ਤੁਸੀਂ ਮਜ਼ੀਦ 1947 ਦੇ ਐਵੇਂ ਦੀਆਂ ਵੰਡ ਵੇਲੇ ਦੀਆਂ ਜਿਹੜੀਆਂ ਮਜ਼ੀਦ ਚਸ਼ਮ ਜੀ ਗੁਆਵਾਂ ਦੇ ਜਿਹੜੇ ਰਿਕਾਰਡ ਕਰਨੇ ਆ ਉਹ ਸਟੋਰੀਆਂ ਸੁਣਨਾ ਚਾਹੁੰਦੇ ਹੋ ਵੇਖਣਾ ਚਾਹੁੰਦੇ ਹੋ ਸਾਡੇ ਇਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਲਾਜ਼ਮ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਲੋਕਾਂ ਕੋਲ ਪਹੁੰਚੇ ਜਿਹੜੇ ਆਪਣੇ ਇੱਧਰ ਨਹੀਂ ਆ ਸਕਦੇ ਲੈਂਦੇ ਪੰਜਾਬ ਆਪਣਾ ਪਿੰਡ ਵੇਖਣਾ ਚਾਹੁੰਦੇ ਨਹੀਂ ਆ ਸਕਦੇ ਕਿਸੇ ਵਜ੍ਹਾ ਤੋਂ ਜਾਂ ਪੈਸਿਆਂ ਤੋਂ ਜਾਂ ਵੀਜ਼ਾ ਨਹੀਂ ਲੱਗ ਸਕਿਆ ਚਲੋ ਕਮ ਸੇ ਕਮ ਆਪਣੀ ਵੀਡੀਓ ਵੇਖ ਸਕਾਂ ਵੀਡੀਓ ਵਾਇਰਲ ਹੋਏਗੀ ਜਾਏਗੀ ਉਹਨਾਂ ਕੋਲ ਵੀ ਕਮੈਂਟ ਸਾਨੂੰ ਕਰਕੇ ਦੱਸਣਗੇ ਮਜ਼ੀਦ ਕਿਹਾ ਸਾਡਾ ਪਿੰਡ ਸੀ ਤੇ ਅਗਰ ਤੁਸੀਂ ਵੇਖਣਾ ਚਾਹੁੰਦੇ ਆਪਣਾ ਇਸ ਕਮੈਂਟ ਦੇ ਜਿਹੜਾ ਕਰਦੇ ਹੋ ਜਦੋਂ ਉਹ ਪਿੰਡ ਦੇ ਨਾਲ ਦੇਖਦਾ ਪਿੰਡ ਦੱਸਿਆ ਕਰੋ ਜ਼ਿਲ੍ਹਾ ਲਾਜ਼ਮ ਦੱਸਿਆ ਕਿ ਕਿਹੜਾ ਜ਼ਿਲ੍ਹਾ ਸੀ ਅਸੀਂ ਉੱਥੇ ਜਾ ਕੇ ਜ਼ਰੂਰ ਜਿਹੜਾ ਤੁਹਾਡੇ ਹੋ ਸਕੇ ਤੇ ਤੁਹਾਡੇ ਬਜ਼ੁਰਗਾਂ ਜਿਹੜਾ ਕੋਈ ਯਾਰ ਦੋਸਤ ਹੈ ਉਹਨੂੰ ਮਿਲ ਕੇ ਇੰਟਰਵਿਊ ਲਾਜ਼ਮਨ ਕਰਾਂਗੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤੱਕ ਮੈਨੂੰ ਤਾਂ ਕਰਮ ਸਾਹਿਬ ਦੀ ਇਜਾਜ਼ਤ ਰੱਬ ਰੱਖਾ ਜੀ।